वेलकम जी सारे पहुंचਣ ਜੀ ਜਲਦੀ ਤੋਂ ਜਲਦੀ ਹੈਰੀ ਜੀ वेरी गुड आफ्टरनून हां जी ਅੱਜ ਦਾ ਆਪਣਾ ਟਾਪਿਕ ਪ੍ਰੋਫੈਸਰ ਮੋਹਨ ਸਿੰਘ ਰਹੇਗਾ ਜੀ ਠੀਕ ਹੈ ਜੀ ਸੋ ਇਹਦੇ ਬਾਰੇ ਹੀ ਆਪਾਂ ਚਰਚਾ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ ਵਾਤੋ ਵਾਤ ਕੁਐਸਚਨ ਜਿਹੜੇ ਇੰਪੋਰਟੈਂਟ ਨੇ ਉਹਨਾਂ ਤੇ ਬਫਰਿੰਗ ਹੋ ਰਹੀ ਹੈ ਜੀ ਥੋੜਾ ਜਿਹਾ ਵੇਟ ਕਰ ਲਓ ਜੀ ਚੱਲ ਪੇਗੀ ਜੀ ਅਮਨ ਜੀ ਮਨਤ ਜੀ ਵੈਲਕਮ ਜੀ हां जी वेरी गुड आफ्टरनून ਸਭ ਨੂੰ हां जी ਫਟਾਫਟ ਪਹੁੰਚਣ ਸਾਰੇ ਜਿਵੇਂ ਹੀ ਪਹੁੰਚਦੇ ਆ ਤੇ ਫਿਰ ਆਪਾਂ ਸ਼ੁਰੂ ਕਰਦੇ ਚਲੋ ਜੀ ਕਾਫੀ ਜਣੇ ਪਹੁੰਚ ਚੁੱਕੇ ਨੇ ਹਾਂਜੀ ਮਨਜੀਤ ਜੀ ਵੈਲਕਮ ਜੀ ਵੈਲਕਮਸ ਅਪ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਆਪਣਾ ਵਿਸ਼ਾ ਰਹੇਗਾ ਜੀ ਪ੍ਰੋਫੈਸਰ ਮੋਨ ਸਿੰਘ ਚੱਲ ਪਈ ਜੀ ਵੈਰੀ ਗੁੱਡ ਜੀ ਬ੍ਰੇਕ ਤੋਂ ਬਹੁਤ ਸਭ ਨੂੰ ਹੈਲੋ ਤੇ ਸਤ ਸ੍ਰੀ ਅਕਾਲ ਜੀ ਹਾਂਜੀ ਮਿਲ ਗਏ ਜੀ ਵਾਪਸ ਬ੍ਰੇਕ ਤੋਂ ਬਾਅਦ ਸੋ ਚਲੋ ਜੀ ਸ਼ੁਰੂ ਕਰੀਏ ਜੀ ਹੈਲੋ ਜੀ ਵੈਲਕਮ ਜੀ ਸੁਖਵੀਰ ਜੀ ਹਾਂ ਜੀ ਕਾਫੀ ਜਣੇ ਪਹੁੰਚ ਚੁੱਕੇ ਆ ਤੇ ਫਿਰ ਸ਼ੁਰੂ ਕਰੀ ਅੱਜ ਦੀ ਕਲਾਸ ਮੈਨੂੰ ਵਾਇਸ ਕਨਫਰਮ ਕਰਵਾ ਦਿਓ ਵੀਡੀਓ ਓਕੇ ਚੱਲ ਰਹੀ ਹੈ ਤੇ ਸ਼ੁਰੂ ਕਰਦੇ ਆ ਅੱਜ ਦੀ ਕਲਾਸ ਹੈਲੋ ਜੀ ਜਸਵਿੰਦਰ ਜੀ ਵੈਲਕਮ ਜੀ 17 ਹੀ ਹਜੇ ਹੋਏ ਨੇ ਆਨਲਾਈਨ ਕੱਲ 50 ਪਲੱਸ ਸੌਰੀ 47 ਸੀ 50 ਦੇ ਨੀਅਰ 47 48 ਜਾ ਰਹੇ ਸੀ ਕੱਲ ਸੋ ਬਾਕੀ ਵੀ ਜਲਦੀ ਤੋਂ ਜਲਦੀ ਕਿਤੇ ਇੰਜ ਤਾਂ ਨਹੀਂ ਲੇਟ ਹੋ ਗਏ ਕੱਲ ਕਲਾਸ ਲੇਟ ਹੋ ਗਈ ਸੀ ਇਸ ਲਈ 올 इज वेल ਚਲੋ ਜੀ ਫਿਰ ਬਾਕੀ ਵੀ ਜੁਆਇਨ ਕਰ ਲੈਣਗੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਠੀਕ ਹੈ ਚਲੋ ਸ਼ੁਰੂ ਕਰਦੇ ਆਪਾਂ ਹਾਂਜੀ ਲਾਈਕ ਜਰੂਰ ਕਰ ਦਿਓ ਜੀ ਥੈਂਕ ਯੂ ਜੀ ਸੋ ਮੱਚ ਜੀ ਚਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਕਲਾਸ ਸੋ 올 इज वेल ਓਕੇ ਜੀ ਚਲੋ ਜੀ ਪਹਿਲਾ ਕੁਐਸਚਨ ਆਪਣਾ ਅੱਜ ਦਾ ਪ੍ਰੋਫੈਸਰ ਮੋਹਨ ਸਿੰਘ ਦਾ ਜਨਮ ਕਦੋਂ ਹੋਇਆ ਸੋ ਕੁਝ ਜ਼ਰੂਰੀ ਕੁਐਸਚਨ ਨੇ ਜਿਹੜੇ ਕਿ ਤੁਹਾਨੂੰ ਹਰੇਕ ਟਰੈਕਟਰ ਦੇ ਬਾਰੇ ਯਾਦ ਕਰ ਲੈਣੇ ਜ਼ਰੂਰੀ ਨੇ ਖਾਸ ਕਰਕੇ ਉਹਨਾਂ ਦੇ ਜਿਹੜੇ ਬਹੁਤ ਜ਼ਿਆਦਾ ਫੇਮਸ ਹੋਏ ਨੇ ਠੀਕ ਹੈ ਜੀ ਸੋ ਜ਼ਰੂਰ ਯਾਦ ਕਰ ਲੋ ਇਹਨਾਂ ਦੇ ਬਾਰੇ ਸੀ ਆਪਸ਼ਨ ਆ ਰਹਾ ਜੀ 1905 ਆਪਸ਼ਨ A ਹੈ ਜੀ 1901 2 ਹੈ ਜੀ 1903 3 B C ਆਪਸ਼ਨ ਹੈ ਜੀ 1905 ਤੇ D ਆਪਸ਼ਨ 1907 ਸੋ ਸੀ ਆਪਸ਼ਨ ਆ ਰਿਹਾ ਜੀ ਜਸਵਿੰਦਰ ਜੀ ਹਰੀ ਜੀ ਮਨਦੀਪ ਜੀ ਮਿਨਾਕਸ਼ੀ ਜੀ ਅਮਨ ਜੀ ਮੀਨਲ ਜੀ ਸਬ ਦਾ ਸੀ ਆਪਸ਼ਨ ਆ ਰਿਹਾ ਜੀ 1905 ਮੀਨਲ ਜੀ ਅੰਜੂ ਜੀ ਕੁਲਵਿੰਦਰ ਜੀ ਸੁਖ ਜੀ ਜਸਵਿੰਦਰ ਜੀ ਅਰਵਿੰਦਰ ਜੀ ਮਨਦੀਪ ਜੀ ਸਭ ਦਾ ਸੀ ਆਪਸ਼ਨ ਆ ਰਿਹਾ ਜੀ ਆਂਸਰ ਸਾਰੇ ਸੀ ਵੱਲ ਜਾ ਰਹੇ ਮੰਨਤ ਜੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਜੀ ਇਹਨਾਂ ਦਾ ਠੀਕ ਹੈ ਜੀ 1905 1978 ਤੱਕ ਮੌਨ ਸਿੰਘ ਜੀ ਹਾਂ ਜੀ ਬਿਲਕੁਲ கரੈਕਟ ਹੈ ਜੀ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਕਾਫੀ ਜ਼ਿਆਦਾ ਮੈਂਸ਼ਨ ਨੇ ਲਗਭਗ ਹਰੇਕ ਕਲਾਸ ਦੇ ਵਿੱਚ ਪ੍ਰੋਫੈਸਰ ਮੋਨ ਸਿੰਘ ਠੀਕ ਹੈ ਜੀ ਸੀਸ ਆਫ ਦਾ ਬਿਲਕੁਲ ਕਰੈਕਟ ਵੱਧਦੇ ਆਂ ਜੀ ਅਗਲੇ ਕੁਐਸਚਨ ਵੱਲ ਕੁਐਸਚਨ ਨੰਬਰ 2 ਅੱਜ ਦਾ ਵੱਧਦੇ ਆਂ ਦੂਜੇ ਕੁਐਸਚਨ ਵੱਲ ਹਾਂਜੀ 20 ਅਕਤੂਬਰ 1905 ਜੇਕਰ ਪੂਰੀ ਯਾਦ ਰੱਖ ਸਕਦੇ ਹੋ ਤਾਂ ਰੱਖ ਲਓ ਅਦਰਵਾਈਜ਼ ਈਅਰ ਜ਼ਰੂਰ ਰੱਖ ਲਓ ਈਅਰ ਜ਼ਰੂਰ ਪੁੱਛਿਆ ਜਾਵੇਗਾ ਜੀ ਹਾਂਜੀ ਚਾਹੇ ਸ਼ਾਇਦ ਪੂਰੀ ਡੇਟ ਤਾਂ ਨਾ ਪੁੱਛਣ ਪਰ ਈਅਰ ਜ਼ਰੂਰ ਪੁੱਛੇ ਜਾਣਗੇ ਸੋ ਈਅਰ ਜ਼ਰੂਰ ਯਾਦ ਕਰ ਲਓ ਕੁਐਸਚਨ ਨੰਬਰ 2 ਪ੍ਰੋਫੈਸਰ ਮੋਨ ਸਿੰਘ ਦਾ ਜਨਮ ਕਿੱਥੇ ਹੋਇਆ ਏ ਆਪਸ਼ਨ ਹੌਤੀ ਮਰਦਾਨ ਬੀ ਆਪਸ਼ਨ ਤੁਰ ਤੋਂ ਕਿਸੀ ਆਪਸ਼ਨ ਸੇ ਖੂਪਰਾ ਡੀ ਆਪਸ਼ਨ ਹਮੇਰਪੁਰ ਕਿੱਥੇ ਹੋਇਆ ਜੀ கரੈਕਟ ਆਪਸ਼ਨ ਚੂਜ਼ ਕਰੋ ਜੀ 11ਵੀਂ 31 ਸਤੰਬਰ ਹੈ ਸਰ ਅੱਛਾ ਜੀ ਚਲੋ ਜੀ 20 ਅਕਤੂਬਰ 12ਵੀਂ ਦੇ ਵਿੱਚ ਦਿੱਤਾ ਹੋਇਆ 20 ਅਕਤੂਬਰ ਚਲੋ ਡੇਟ ਸੇ ਨਾ ਨਾ ਧਿਆਨ ਦਿਓ ਮੇਨ ਜਿਹੜਾ ਹੈ ਉਹ ਜਿਹੜਾ イヤー ਹੈ ਉਸ ਨੂੰ ਨਾ ਭੁੱਲਣਾ ਜੀ 1905 ਠੀਕ ਹੈ ਜੀ ਇਹ ਆਪਸ਼ਨ ਆ ਰਿਹਾ ਜੀ ਹਤੀ ਮਰਦਾਨ ਇਹ ਆਪਸ਼ਨ ਸਿਮਰਜੀਤ ਸੁਖ ਜੀ ਬਲਜੀਤ ਜੀ 30 ਸਤੰਬਰ ਘਰੇ ਨੇ ਇਹਨਾਂ ਨੇ ਵੀ ਪੜਿਆ ਹੋਣਾ ਕਿਸੇ ਹੋਰ ਬੁੱਕ 'ਚ ਸੋ ਦੇਖੋ ਜੀ 1905 ਜ਼ਰੂਰ ਯਾਦ ਰੱਖ ਲਓ ਬਾਕੀ ਚਲੋ ਹੋ ਸਕਦਾ ਉਹਨੇ ਇੱਕ ਹੀ ਹੋਵੇ ਇੱਕ ਹੀ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਆਡਾ ਡੇਟ ਮਿਲ ਰਹੀ ਹੈ ਠੀਕ ਹੈ ਜੀ ਚਲੋ ਇਹਨੂੰ ਵੀ ਆਪਾਂ ਕਨਫਰਮ ਕਰ ਲਾਂਗੇ ਬਾਲੀ ਗੱਲਾਂ ਤਾਂ ਮਨਜੀ ਦਾ ਇਹ ਲਖੀ ਜੀ ਆ ਮਨਜੀ ਸਬਦ ਏ ਆਪਸ਼ਨ ਆ ਰਿਹਾ ਜੀ ਹੋਤੀ ਮਰਦਾਨ ਠੀਕ ਹੈ ਇਹ ਸਬਦਾਂ ਹਾਂਜੀ ਕੋਈ ਗੱਲ ਨਾ ਜੀ ਮਤ ਪੇਧ ਹੈ ਤਾਂ ਫਿਰ ਇਸ ਨੂੰ ਆਪਾਂ ਨਿਬੇੜਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਪ੍ਰੋਬਲਮ ਹਿਸਟਰੀ ਅੰਜੂ ਜੀ ਜਿੰਨੀ ਪੰਜਾਬੀ ਚ ਪ੍ਰੋਬਲਮ ਹੋ ਉਨੀ ਹਿਸਟਰੀ ਚ ਨਹੀਂ ਹੋਣੀ ਸਭ ਤੋਂ ਜ਼ਿਆਦਾ ਇਹਦੇ ਚ ਕਨਫਿਊਜ਼ਨ ਵਾਲੀਆਂ ਗੱਲਾਂ ਨੇ ਪੰਜਾਬੀ ਦੇ ਵਿੱਚ ਜਿੰਨੀਆਂ ਬੁਕਸ ਉਨਨੇ অপਸ਼ਨ ਤੁਹਾਨੂੰ ਮਿਲ ਜਾਣਗੇ ਜੀ ਠੀਕ ਹੈ ਜੀ ਓਕੇ ਜੀ ਚਲੋ ਠੀਕ ਹੈ ਜੀ ਕੁਐਸਚਨ 2 ਦੇ ਲਈ ਹੋਤੀ ਮਰਦਾਨ ਜਿਸ ਨੇ ਵੀ ਚੂਜ਼ ਕੀਤਾ ਪਾਕਿਸਤਾਨ ਦੇ ਵਿੱਚ ਹੈ ਜੀ ਠੀਕ ਹੈ ਜੀ ਬਿਲਕੁਲ கரੈਕਟ ਹੈ ਜੀ ਕੁਐਸਚਨ ਨੰਬਰ ਅੱਛਾ ਜੱਦੀ ਪਿੰਡ ਦੇਖ ਲਓ ਜੀ ਕਿਹੜਾ ਸੀ ਜੱਦੀ ਪਿੰਡ ਪਿੰਡ ਧਮਿਆਲ ਸੀਗਾ ਪਾਕਿਸਤਾਨ ਦੇ ਵਿੱਚ ਹੈ ਇਹ ਵੀ ਕੁਐਸਚਨ ਨੰਬਰ 3 ਹੈ ਜੀ ਮੋਹਨ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਡਾਕਟਰ ਨੌਜ ਸਿੰਘ ਡਾਕਟਰ ਬੁੱਧ ਸਿੰਘ ਡਾਕਟਰ ਜੋਧ ਸਿੰਘ ਡਾਕਟਰ ਜਾਨ ਸਿੰਘ கரੈਕਟ ਆਪਸ਼ਨ ਚੂਜ਼ ਕਰੋ ਜੀ ਕੁਐਸਚਨ ਨੰਬਰ 3 ਦੇ ਲਈ ਪ੍ਰੋਫੈਸਰ ਮੋਹਨ ਸਿੰਘ ਦੇ ਪਿਤਾ ਜੀ ਦਾ ਨਾਮ ਹਾਂਜੀ ਬਾਲਾ ਬਣੀ ਜਾਨਾ ਕੀ ਗੱਲ ਹੋ ਗਈ ਜੀ ਜੋਧ ਸਿੰਘ ਜੀ ਟੀਚਰ ਜੀ ਦਾ ਆਨਸਰ ਆ ਰਿਹਾ ਸੀ ਮਨਤ ਜੀ ਅੰਜੂ ਜੀ ਹਰਸ਼ਦੀਪ ਜੀ ਹਾਂਜੀ ਆਨ ਦਾ ਆਨਸਰ ਕੁਐਸਚਨ ਨੰਬਰ 3 ਦੇ ਲਈ ਹੈਰੀ ਜੀ ਅਮਨ ਜੀ ਸੀ ਆਪਸ਼ਨ ਸਿਮਰਨ ਜੀ ਮਨਜੀਤ ਜੀ ਮੀਨਲ ਜੀ ਸਭ ਦਾ ਸੀ ਆਪਸ਼ਨ ਆ ਰਿਹਾ ਜੀ ਕੁਲਵੀਰ ਜੀ ਦਾ ਵੀ ਸੀ ਆਪਸ਼ਨ ਆ ਰਿਹਾ ਜੀ ਸੋ ਇੰਪੋਰਟੈਂਟ ਕੁਐਸਚਨ ਮੈਂਸ਼ਨ ਕੀਤੇ ਗਏ ਨੇ ਅੱਜ ਦੀ ਕਲਾਸ ਦੇ ਵਿੱਚ ਬਲਜੀਤ ਜੀ ਦਾ ਸੀ ਆਪਸ਼ਨ ਜੋਧ ਸਿੰਘ ਸੁਖਬੀਰ ਜੀ ਹਰਪ੍ਰੀਤ ਜੀ ਵਰਿੰਦਰ ਜੀ ਸਾਰੇ ਸੀ ਆਪਸ਼ਨ ਵੱਲ ਜਾ ਰਹੇ ਨੇ ਜੀ ਮੰਨਤ ਜੀ ਨੂੰ ਮੀਨਲ ਜੀ ਇਸ ਸੀ ਆਪਸ਼ਨ ਮਿਨਾਕਸ਼ੀ ਜੀ ਜਸਿੰਦਰ ਜੀ ਅਰਸ਼ ਜੀ ਸਭ ਦਾ ਰਿਹਾ ਜੀ ਸੀ ਆਪਸ਼ਨ ਹਾਂਜੀ ਠੀਕ ਹੈ ਜੀ ਸੀ ਆਪਸ਼ਨ ਜੋਦ ਸਿੰਘ ਸਭ ਦਾ ਕਰੈਕਟ ਹੈ ਜੀ ਚਲੋ ਜੀ ਅੱਗੇ ਵਧਦੇ ਹਾਂ ਕੁਐਸਚਨ ਨੰਬਰ 4 ਦੇ ਵੱਲ ਅੱਛਾ ਮਾਤਾ ਦਾ ਨਾਮ ਭਗਵੰਤੀ ਸੀ ਵੈਸੇ ਮਾਤਾ ਦਾ ਨਾਮ ਪੁੱਛਿਆ ਨਹੀਂ ਜਾਣਾ ਜਿਆਦਾ ਠੀਕ ਹੈ ਜੀ ਬਟ ਫਾਦਰ ਨੇਮ ਜ਼ਰੂਰ ਯਾਦ ਰੱਖ ਲੈਣਾ ਸੋ ਜ਼ਰੂਰ ਭੁੱਲਣਾ ਜਾਣਾ ਇਸ ਨੂੰ ਕੁਐਸਚਨ ਨੰਬਰ 4 ਮੋਹਨ ਸਿੰਘ ਨੇ ਕਿਹੜਾ ਮੌਲਿਕ ਮਹਾਕਾਵ ਲਿਖਿਆ ਏਸ਼ਿਆ ਦਾ ਚਾਨਨ ਨਨਕੈਣ ਜੈ ਮੀਰ ਜਾਂ ਫਿਰ ਏਸ਼ਿਆ ਦੀ ਸੈਰ ਕਰੈਪਟ অপਸ਼ਨ ਚੁਜ਼ ਕਰੋ ਜੀ ਹਾਂਜੀ ਆਨ ਦ ਅਨਸਰ ਬੀ ਆਪਸ਼ਨ ਗਗਨ ਜੀ ਇੰਦਰ ਜੀ ਦਾ ਬੀ ਆਪਸ਼ਨ ਲੱਤੀ ਜੀ ਦਾ ਬੀ ਆਪਸ਼ਨ ਹਰਸ਼ੀ ਜੀ ਦਾ ਬੀ ਗੁਨਮ ਜੀ ਬੀ ਆਪਸ਼ਨ ਅੰਜੂ ਜੀ ਦਾ ਏ ਆਪਸ਼ਨ ਆ ਰਹੀ ਜੀ ਸੁਮਨ ਜੀ ਬੀ ਆਪਸ਼ਨ ਗਗਨ ਜੀ ਦਾ ਬੀ ਆਪਸ਼ਨ ਹਰਸ਼ੀ ਜੀ ਦਾ ਵੀ ਬੀ ਆਪਸ਼ਨ ਤਾਂ ਜਿਹੜੇ ਵੀ ਨਹੀਂ ਹੈ ਇਨਫੋਰਮ ਕਰੋ ਜੀ ਥੋੜਾ ਜਿਹਾ ਤਾਂ ਕਿ ਉਹ ਵੀ ਜੁਆਇਨ ਕਰਨ ਠੀਕ ਹੈ ਜੀ ਕੱਲ 47 ਸੀ ਅੱਜ 29 ਹੀ ਹਜੇ ਪਹੁੰਚੇ ਨੇ ਜਲਦੀ ਤੇ ਜਲਦੀ ਜੁਆਇਨ ਕਰੋ ਜੀ ਸਾਰੇ ਟੀਚਰ ਜੀ ਦਾ ਨਨਕੈਣ ਬੀ ਆਪਸ਼ਨ ਆ ਰਿਹਾ ਸੁਖ ਜੀ ਅਰਸ਼ ਜੀ ਜਗਦੀਪ ਜੀ ਮੰਨਤ ਜੀ ਬਲਜੀਤ ਜੀ ਹੈਪੀ ਜੀ ਹਰਪ੍ਰੀਤ ਜੀ ਸੋਰੀ ਬੀ ਆਪਸ਼ਨ ਮੀਨਲ ਜੀ ਮਨਜੀਤ ਜੀ ਸਭ ਦਾ ਹੀ ਬੀ ਆਪਸ਼ਨ ਆਨਸਰ ਆ ਰਿਹਾ ਜੀ ਠੀਕ ਹੈ ਜੀ ਸਭ ਦਾ ਚਲੋ ਜੀ ਅੱਗੇ ਵਧਦੇ ਆਂ ਕੁਐਸਚਨ ਨੰਬਰ 5 ਦੇ ਵੱਲ ਕੁਐਸਚਨ ਨੰਬਰ 5 ਜੀ ਆਪਣਾ ਏਸ਼ੀਆ ਦਾ ਚਾਨਣ ਕੀ ਹੈ ਕਾਵ ਸੰਗ੍ਰਹਿ ਹੈ ਕਵਿਤਾ ਹੈ ਵਾਰਤਕ ਹੈ ਜਾਂ ਫਿਰ ਅਨੁਵਾਦ ਹੈ ਹਾਂਜੀ ਏਸ਼ੀਆ ਦਾ ਚਾਨਣ ਹੈ ਕੀ ਸਭ ਤੋਂ ਜ਼ਿਆਦਾ ਕਰੈਕਟ ਆਪਸ਼ਨ ਕੀ ਹੋਵੇਗੀ ਹੋ ਸਕਦਾ ਕੁਝ ਹੋਰ ਵੀ ਹੋਵੇ ਬਟ ਕਰੈਕਟ ਆਪਸ਼ਨ ਚੂਜ਼ ਕਰਨੀ ਹੈ ਮੋਹਨ ਸਿੰਘ ਦੇ ਲਈ ਪ੍ਰੋਫੈਸਰ ਮੋਹਨ ਸਿੰਘ ਦੇ ਲਈ ਠੀਕ ਹੈ ਜੀ ਏਸ਼ੀਆ ਦਾ ਚਾਨਣ ਕੀ ਹੈ ਡੀ ਆਪਸ਼ਨ ਆਮਨ ਜੀ ਦਾ ਬਲਜੀਤ ਜੀ ਦਾ ਗਗਨ ਜੀ ਦਾ ਸਿਮਰ ਜੀ ਦਾ सुमन जी मनजीत जी जसविंदर जी हरनिवास जी, जी, जी अंजू जी सब का डी ऑप्शन आ रहा कुलवीर जी लक्की जी डी ऑप्शन अर्श जी मैं बहुत अच्छे देखनी बैसर जी ओके जी मीनाक्षी जी कोई गल ना जी जदों भी टाइम लगे देख लेना जी पूनम जी का डी ऑप्शन मीनल जी का ये ऑप्शन एडमिन अरहॉल ने मोहन सिंह जी ने अनुवाद कर वेरी गुड जी टीचर जी ठीक है जी सब का डी ऑप्शन अनुवाद है जी हां जी क्वेश्चन नंबर 6 ਵੱਲ ਵੱਧਦੇ ਹਾਂ ਜੀ क्वेश्चन नंबर ਮਹਾਕਬ ਡੀ ਐਡਮਨਲ ਆਰਨਾਲਡ ਦੀ ਰਚਨਾ ਹੈ ਟੀਚਰ ਜੀ ਨੇ ਵੀ ਦੱਸ ਦਿੱਤੀ ਹੈ ਇਹ ਗੱਲ क्वेश्चन नंबर 6 এਸ਼ੀਆ ਦਾ ਚਾਨਣ ਕਿਸ ਦੇ ਜੀਵਨ ਨਾਲ ਸੰਬੰਧਿਤ ਹੈ ए ऑप्शन ਗੌਤਮ ਬੁੱਧ ਵੀ অপশন ਮਹਾਵੀਰ ਸੋਮੀ ਸੀ অপশন ਯੇਸੂ ਮਸ਼ੀ ਡੀ অপশন ਗੁਰੂ ਨਾਨਕ ਦੇਵ ਜੀ हां जी ਲਾਈਟ ਆਫ এਸ਼ੀਆ ਤੋਂ ਅਨੁਵਾਦ ਕੀਤਾ ਗਿਆ ਹੈ ਹਾਂਜੀ ਅਰਨਾਲਡ ਦੁਆਰਾ ਲਿਖਿਆ ਹੋਇਆ ਹੈ ਕੋਈ ਗੱਲ ਨਾ ਜੀ ਮੰਨਤ ਜੀ ਰੀਡ ਕਰਿਆ ਨਹੀਂ ਹੋਣਾ ਸ਼ਾਇਦ ਇਸ ਲਈ ਥੋੜਾ ਘਟ ਆਉਂਦਾ ਕੋਈ ਗੱਲ ਨਹੀਂ ਜੀ ਚਲੋ ਕੁਝ ਸਿੱਖਣ ਨੂੰ ਹੀ ਮਿਲੇਗਾ ਪੁਨਮ ਜੀ ਅੰਜੂ ਜੀ ਸਬਦਾ ਆ ਰਿਹਾ ਜੀ ਇਹ ਆਪਸ਼ਨ ਸੁਖਦੀਪ ਜੀ ਅਰਸ਼ ਜੀ ਮੰਦੀਪ ਜੀ ਸਬਦਾ ਇਹ ਆਪਸ਼ਨ ਵੀਡੀਓ ਵਿੱਚ ਕ੍ਰਿਸ਼ਨ ਕਰਿਆ ਸੀ ਹਾਂਜੀ ਹੈਗਾ ਸੀ ਮੈਂ ਵੀ ਵੇਖੀ ਸੀ ਉਹ ਵੀਡੀਓ ਤੁਹਾਡੀ ਏ অপਸ਼ਨ ਸੁਮਨ ਜੀ ਦਾ ਆ ਰਿਹਾ ਬਲਜੀਤ ਜੀ ਦਾ ਏ ਕੁਲਵੀਰ ਜੀ ਹਰਨਵਜੀ ਜਸਵਿੰਦਰ ਜੀ ਅਮਨਜੀਤ ਗਗਨ ਜੀ ਸ਼ੀਤਲ ਜੀ ਸਭ ਦਾ ਇਹ অপਸ਼ਨ ਲੱਗੀ ਜੀ ਦਾ ਵੀ ਏ অপਸ਼ਨ ਸੋ ਇਹ অপਸ਼ਨ ਲੱਗ ਗੋਤਮ ਬੁੱਧ ਸ਼ਬਦ ਆ ਹੀ ਆ ਰਿਹਾ ਜੀ ਸ਼ਬਦ ਆ ਕਰੈਕਟ ਹੈ ਜੀ ਇਹਦੇ ਵਿੱਚ ਗੋਤਮ ਬੁੱਧ ਜਿਹਦੇ ਦੱਸਿਆ ਵੀ ਕਿਵੇਂ ਉਹ ਰਾਜੇ ਤੋਂ ਸਾਧੂ ਬਣ ਮਤਲਬ ਅਕਰਸ਼ਿਤ ਜਾਂ ਅਕਰਸ਼ਿਤ ਹੁੰਦੇ ਨੇ ਠੀਕ ਹੈ ਜੀ ਕਿੱਦਾਂ ਉਹ ਮਤਲਬ ਸਾਧੂ ਬਣ ਜਾਂਦੇ ਨੇ ਉਸ ਬਾਰੇ ਕੋਈ ਦੱਸਿਆ ਹੋਇਆ ਹੈ ਹਾਂਜੀ ਮਉਣ ਕਿੰਜ ਬਣਦਾ ਮੈਂ ਸ਼ਾਇਰ ਜੇ ਤੂੰ ਨਾ ਮਰਦੀ ਹਾਂਜੀ ਇਹ ਕੁਐਸਚਨ ਵੈਸੇ ਮੈਂ ਮੈਂਸ਼ਨ ਨਹੀਂ ਕਰਿਆ ਤੁਸੀਂ ਯਾਦ ਰੱਖ ਲੈਣਾ ਬਹੁਤ ਵਧੀਆ ਗੱਲ ਇੱਥੇ ਦੱਸ ਦਿੱਤੀ ਆ ਅਰਸ਼ੀ ਜੀ ਨੇ ਮਉਣ ਕਿੰਜ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ ਉਦੋਂ ਤੋਂ ਫਿਰ ਇਹਨਾਂ ਨੇ ਰਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਇੱਕ ਟਰਨਿੰਗ ਪੁਆਇੰਟ ਕਹਿ ਸਕਦੇ ਹਾਂ ਯਾਦ ਰੱਖਣਾ ਇਸ ਚੀਜ਼ ਨੂੰ ਇਹ ਵੀ ਕੁਐਸਚਨ ਬਣਾ ਕੇ ਪੁੱਛਿਆ ਜਾ ਸਕਦਾ ਹੈ ਜੀ ਵਿਸ਼ੇਪ੍ਰਸਿੱਧ ਮਹਾਰਾਜ ਜੀ ਹਾਂਜੀ ਸੀ ਆਪਸ਼ਨ ਆ ਰਿਹਾ ਜੀ ਗਗਨਜੀ ਪੋਨਮ ਜੀ ਦਾ ਮੋਹਨ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਲਈ ਮਿਲਿਆ ਕਿਸ ਰਚਨਾ ਲਈ ਮਿਲਿਆ ਜੀ ਸਾਹਿਤ ਅਕਾਦਮੀ ਅਵਾਰਡ ਮੋਹਨ ਸਿੰਘ ਜੀ ਨੂੰ ਕਿਹੜੀ ਰਚਨਾ ਦੇ ਲਈ ਮਿਲਿਆ ਹਾਂਜੀ ਆਹਨ ਦਾ ਆਨਸਰ ਕਰੈਕਟ ਕੁਐਸਚਨ ਨੰਬਰ 7 ਦੇ ਲਈ ਸੀ ਆਪਸ਼ਨ ਲੱਗੀ ਜੀ ਜਗਦੀਪ ਜੀ ਸ਼ੀਤਲ ਜੀ ਦਾ ਏ ਆ ਰਿਹਾ ਸੁਖਦੀਪ ਜੀ ਸਿਮਰ ਜੀ ਮਨਦੀਪ ਜੀ ਸਬਦ ਦਾ ਸੀ ਆਪਸ਼ਨ ਆ ਰਿਹਾ ਜੀ ਵਿਛੜ ਤੋਂ ਲੱਗ ਹਾਂਜੀ ਕਵੈਸਚਨ ਸਾਤਾ ਦਾ ਸੀ ਐਨ ਜੀ ਜੀ ਮੰਨਤ ਜੀ ਹਰਪ੍ਰੀਤ ਜੀ ਦਾ ਡੀ ਆ ਰਿਹਾ ਜੀ ਸੋ ਮੈਕਸਿਮਮ ਆਨਸਰ ਸੀ ਆ ਰੇ ਨੇ ਸਬਦੇਹੀ ਬਲਜੀਤ ਜੀ ਮੰਨਤ ਜੀ ਕੁਲਵੀਰ ਜੀ ਅਰਸ਼ ਜੀ ਡੀ ਆਪਸ਼ਨ ਇੰਦਰ ਜੀ ਦਾ ਆ ਰਿਹਾ ਜੀ ਠੀਕ ਹੈ ਜੀ ਸੀ ਆਪਸ਼ਨ ਹਾਂ ਜੀ ਸਬਦਾ ਠੀਕ ਹੈ ਜੀ ਵੱਡਾ ਵੇਲਾ ਕਵੈਸਚਨ ਨੰਬਰ 8 ਦੇ ਵੱਲ ਵੱਧਦੇ ਹਾਂ ਜੀ ਕਵੈਸਚਨ ਨੰਬਰ 8 ਵੈਰੀ ਗੁੱਡ ਆਫਟਰਨੂਨ ਜੀ ਪਰਮਜੀਤ ਬਹੁਤ ਲੇਟ ਹੋ ਗਏ ਜੀ ਕੁਐਸਚਨ ਨੰਬਰ 8 ਹੈ ਜੀ ਮੋਹਨ ਸਿੰਘ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਕਿਸ ਰਚਨਾ ਲਈ ਮਿਲਿਆ ਇਹ ਆਪਸ਼ਨ ਅਦਵਾਟੇ ਬੀ ਆਪਸ਼ਨ ਕੱਚ ਸੱਚ ਸੀ ਆਪਸ਼ਨ ਵੱਡਾ ਵੇਲਾ ਡੀ ਆਪਸ਼ਨ ਜੈਮੀਰ ਕਰੈਕਟ ਆਪਸ਼ਨ ਚੂਜ਼ ਕਰੋ ਜੀ ਕੁਐਸਚਨ ਨੰਬਰ 8 ਦੇ ਲਈ ਹਾਂ ਜੀ ਕਦੋਂ ਮਿਲਿਆ ਚੂਜ਼ ਕਰੋ ਜੀ ਸੋਰੀ ਕੇਸਰਾ ਚੈਨਲ ਹੀ ਮਿਲਿਆ ਮੋਹਨ ਸਿੰਘ ਜੀ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਡੀ ਆਪਸ਼ਨ ਅੰਜੂ ਜੀ ਹਰਪ੍ਰੀਤ ਜੀ ਸੁਖ ਜੀ ਲक्की ਜੀ ਸਭ ਦਾ ਡੀ ਆਪਸ਼ਨ ਆ ਰਿਹਾ ਜੀ ਮਨਜੀਤ ਜੀ ਕੁਲਵੀਰ ਜੀ ਅਮਨ ਜੀ ਸੁਖਵੀਰ ਜੀ ਇੰਦਰ ਜੀ ਅੰਜੂ ਜੀ ਗਗਨ ਜੀ ਸੁਮਨ ਜੀ ਪੂਨਮ ਜੀ ਬਲਜੀਤ ਜੀ ਸਭ ਦਾ ਹੈ ਡੀ ਆਪਸ਼ਨ ਠੀਕ ਹੈ ਜੀ ਸ਼ੋ ਨਹੀਂ ਹੋ ਰਿਹਾ ਕੀ ਸ਼ੋ ਨਹੀਂ ਹੋ ਰਿਹਾ ਜੀ ਅਚਾਹ ਟੀਚਰ ਚੈਨਲ ਜੀ ਦਾ ਚੈਨਲ ਸ਼ੋ ਨਹੀਂ ਹੋ ਰਿਹਾ ਜੀ ਜਮੀਰ ਠੀਕ ਹੈ ਜੀ ਸਬਦਾ ਬਿਲਕੁਲ கரੈਕਟ ਹੈ ਜੀ ਮੋਹਨ ਸਿੰਘ ਨੂੰ ਜਮੀਰ ਦੇ ਲਈ ਮਿਲਿਆ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਠੀਕ ਹੈ ਜੀ ਕੁਐਸਚਨ ਨੰਬਰ ਨੌਵਾਂ ਵੱਧਦੇ ਆ ਜੀ ਕੱਲ ਵੀ ਨਹੀਂ ਪਾਇਆ ਜੀ ਟੀਚਰ ਜੀ ਕੁਐਸਚਨ ਨੰਬਰ 9 ਜੀ ਮੋਹਨ ਸਿੰਘ ਨੂੰ ਆਧੁਨਿਕ ਕਾਲ ਦੇ ਡੈਸ਼ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ ਏ অপশন দেব મતલબ আদুনিক ਕਾਲ ਦੇ ਕੀ ਵੱਜੋਂ ਜਾਣਿਆ ਜਾਂਦਾ ਹੈ ਦੇਵ ਦੇ ਨਾਂ ਤੇ મતલਬ ਦੇਵਤਾ ਦੇ ਨਾਂ ਤੇ ਯੁੱਗ ਕਵੀ ਦੇ ਨਾਂ ਤੇ ਦੇਵ ਕਵੀ ਦੇ ਨਾਂ ਤੇ ਜਾਂ ਫਿਰ ਪ੍ਰਗਤੀਸ਼ੀਲ ਕਵੀ ਦੇ ਨਾਂ ਤੇ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈਲੋ ਜੀ ਅਨੀਤਾ ਜੀ ਵੈਲਕਮ ਜੀ ਸੀ অপਸ਼ਨ ਪੂਨਮ ਜੀ ਦਾ ਤੇ ਅਰਸ਼ਦੀਪ ਜੀ ਦਾ ਆਨਸਰ ਆ ਰਿਹਾ ਜੀ ਬਾਕੀ ਵੀ ਆਣ ਦੋ ਕਰੈਕਟ অপਸ਼ਨ ਸੀ ਹਰੀ ਜੀ ਦਾ ਤੇ ਜਸਵਿੰਦਰ ਜੀ ਦਾ ਵੀ অপਸ਼ਨ ਜਸ ਚੁਗਦੀਪ ਜੀ ਦਾ ਸੀ অপਸ਼ਨ ਅੰਜੂ ਜੀ ਸਮਨ ਜੀ ਸੀ ਆਪਸ਼ਨ ਸੀ ਆਪਸ਼ਨ ਸਿਮਰਜੀ ਅਨੇਤਾ ਜੀ ਹਰਪ੍ਰੀਤ ਜੀ ਸਭ ਦਾ ਹੀ ਸੀ ਆਪਸ਼ਨ ਆ ਰਿਹਾ ਜੀ ਅਨਸਰ ਪ੍ਰਗਤੀਸ਼ੀਲ ਦੇਖੋ ਜੀ ਸੀ ਆਪਸ਼ਨ ਵਾਲੇ ਜਿੰਨੇ ਵੀ ਨੇ ਸਾਰੇ ਗਲਤ ਹੋ ਗਏ ਜੀ ਹਾਂਜੀ ਯੁੱਗ ਕਵੀ ਵੀ ਕਿਹਾ ਜਾਂਦਾ ਜੀ ਕਵੀ ਸੀਗੇ ਇਹ ਰਮਾਂਸਵਾਦੀ ਸ਼ੁਰੂਆਤ ਕੀਤੀ ਸੀ ਪ੍ਰਗਤੀਸ਼ੀਲ ਵੀ ਸੀ ਪਰ ਇਹਨਾਂ ਨੂੰ ਆਧੁਨਿਕ ਕਾਲ ਦੇ ਯੁਗ ਕਵੀ ਵਜੋਂ ਵੀ ਜਾਣਿਆ ਜਾਂਦਾ ਸੀ ਸੋ ਇਸ ਲਈ ਬੀ ਆਪਸ਼ਨ ਔਰਿਖ ਹੋਵੇਗਾ ਹਾਂਜੀ ਬਾਕੀ ਦੋਵੇਂ ਆਪਸ਼ਨਾਂ ਮੈਂ ਦੱਸ ਦਿੱਤੀਆਂ ਜਿਹੜੀਆਂ ਕੁਐਸਚਨ ਵੀ ਮਨ ਲੱਗਦਾ ਉਹੀ ਆ ਗਿਆ ਮੋਹਣ ਸਿੰਘ ਨੇ ਲੇਖ ਸੌਰੀ ਲਿਖਣ ਦੀ ਸ਼ੁਰੂਆਤ ਕਿਹੜੀਆਂ ਕਿਹੋ ਜਿਹੀਆਂ ਰਚਨਾਵਾਂ ਤੋਂ ਕੀਤੀ ਠੀਕ ਹੈ ਜੀ ਗਗਨ ਜੀ ਹਾਂਜੀ ਮੋਹਣ ਸਿੰਘ ਨੇ ਲਿਖਣ ਦੀ ਸ਼ੁਰੂਆਤ ਕਿਹੋ ਜਿਹੀਆਂ ਰਚਨਾਵਾਂ ਤੋਂ ਕੀਤੀ ਕਿਹੋ ਜਿਹੀਆਂ ਕਵਿਤਾਵਾਂ ਤੋਂ ਕੀਤੀ ਏ অপশন রোমানসবাদী বি অপশন প্রগতিবাদী সি অপশন jujarwadi ডি অপশন प्रयोगशील দেখো জি ਮੈਂ ਪਹਿਲਾਂ ਹੀ ਮਤਲਬ ਗੱਲ ਦੱਸਤੀ ਸੀ ਸੋ ਹੁਣ ਗਲਤ ਨਹੀਂ ਹੋਣਾ ਚਾਹੀਦਾ ਸੀ ਮਰਜੀ ਹੈਲੋ ਜੀ ਵੈਲਕਮ ਜੀ ਐਸਰ ਗੱਲ ਬਾਰੇ ਮੈਂ ਪਹਿਲਾਂ ਹੀ ਹੁਣੇ ਜਸਟ ਥੋੜੀ ਦੇਰ ਪਹਿਲਾਂ ਹੀ ਚਰਚਾ ਕਰ ਚੁੱਕਿਆ ਸੋ ਗਲਤ ਨਹੀਂ ਹੋਣਾ ਚਾਹੀਦਾ ਕਿ ਇਹੋ ਜਿਹਾਂ ਰਚਨਾਵਾਂ ਤੋਂ ਕੀਤੀ ਮੋਹਨ ਸਿੰਘ ਨੇ ਲਿਖਣ ਦੀ ਸ਼ੁਰੂਆਤ ਕਿਹੋ ਜਿਹੀਆਂ ਰਚਨਾਵਾਂ ਤੋਂ ਕੀਤੀ ਰਮਾਨਸਵਾਦੀ ਪ੍ਰਗਤੀਵਾਦੀ ਜਿਹਾਰਵਾਦੀ ਜਾਂ ਫਿਰ ਪ੍ਰਯੋਗਸ਼ੀਲ ਸੋ ਇਹ ਆਪਸ਼ਨ ਅਰਸ਼ ਜੀ ਸ਼ੀਤਲ ਜੀ ਬਲਜੀਤ ਜੀ ਹਰੀ ਜੀ ਕੁਲਵੀਰ ਜੀ ਪਰਮ ਜੀ ਅਰਸ਼ ਜੀ ਹਰਨਿਵਾਜ ਜੀ ਮੰਨਤ ਜੀ ਸੁਖ ਜੀ ਨੀਤਾ ਜੀ ਸਿਮਰ ਜੀ ਗਗਨ ਜੀ ਸਬਦਾ ਹੀ ਇਹ ਆਪਸ਼ਨ ਟੀਚਰ ਜੀ ਅੰਜੂ ਜੀ ਮਨਦੀਪ ਪਿੰਕੀ ਜੀ ਮਨਦੀਪ ਜੀ ਹੈ ਠੀਕ ਹੈ ਜੀ ਸਬਦਾ ਇਹ ਸਹੀ ਹੈ ਜੀ ਹਾਂਜੀ ਰਮਾਨਸਵਾਦੀ ਤੋਂ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਪ੍ਰਗਤੀਵਾਦੀ ਬਣ ਗਏ ਸੋ ਦੋਹਾਂ ਤਰ੍ਹਾਂ ਦੀਆਂ ਇਹਨਾਂ ਦੀਆਂ ਕਵਿਤਾਵਾਂ ਮਿਲਦੀਆਂ ਨੇ ਕੁਐਸਚਨ ਨੰਬਰ 11 ਜੀ ਸਿਪਾਹੀ ਦਾ ਦਿਲ ਕਵਿਤਾ ਕਿਸ ਜਮਾਤ ਵਿੱਚ ਦਰਜ ਹੈ ਪਤਨੀ ਦੀ ਮੌਤ ਤੇ ਦਰਦ ਕਰਨ ਲਿਖਣਾ ਸ਼ੁਰੂ ਹੋਇਆ ਹਾਂਜੀ ਸੋ ਅਰਸ਼ੀ ਜੀ ਨੇ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਹੈ ਕੁਐਸਚਨ ਨੰਬਰ 11 ਸਿਪਾਹੀ ਦਾ ਦਿਲ ਕਵਿਤਾ ਕਿਸ ਜਮਾਤ ਵਿੱਚ ਦਰਜ ਹੈ ਕਰੈਕਟ ਆਪਸ਼ਨ ਚੂਜ਼ ਕਰੋ ਜੀ ਕਵੈਸਚਨ ਨੰਬਰ 11 ਦੇ ਲਈ ਮਟੀਰੀਅਲ ਲਈ ਕਿਹੜਾ ਬੇਜ ਤੇ ਦੱਸ ਰਿਹਾ ਸੀ ਸੀ ਆਪਸ਼ਨ ਆ ਰਿਹਾ ਜੀ 9th ਆ ਰਿਹਾ ਜੀ ਆਨਸਰ ਇੱਧਰ ਸਿਮਰ ਜੀ ਦਾ ਸੀ ਆਪਸ਼ਨ 11ਵੀਂ ਵੀ ਆ ਰਿਹਾ ਜੀ ਇੱਧਰ ਟੀਚਰ ਜੀ ਦਾ ਏ ਆਪਸ਼ਨ ਅਰਸ਼ੀ ਜੀ ਦਾ ਸੁਖ ਜੀ ਦਾ ਏ ਦੇਖੋ ਜੀ ਵੈਬਸਾਈਟ ਦੱਸ ਰਿਆ ਸੀ ਜਿਹੜੀ ਟੀਚਰ ਜੀ ਏ ਆਪਸ਼ਨ ਪੂਨਮ ਜੀ ਦਾ ਏ ਅਰਸ਼ੀ ਜੀ ਦਾ ਅਮਨ ਜੀ ਦਾ ਏ ਗਗਨ ਜੀ ਦਾ ਏ ਤੇ ਹਰਸ਼ੀਦ ਦਾ ਏ हां जी वेबसाइट विकिपीडिया कोई भी टॉपिक सर्च करना है सर्च करने ਤੋਂ ਬਾਅਦ ਨਾਲ विकिपीडिया ਲਿਖ ਦਿਓ ਤਾਂ ਸਭ ਤੋਂ ਉੱਪਰ ਟੌਪ ਤੇ ਉਹੀ ਆਵੇਗਾ ਠੀਕ ਹੈ ਜੀ دوسری ওয়েবসাইট ਹੈ ਪੰਜਾਬੀ ਪੀਡੀਆ ਸਰਚ ਕਰੋ ਸਭ ਕੁਝ ਮਿਲੇਗਾ ਤੀਸਰੀ ওয়েবসাইট ਹੈ ਪੰਜਾਬੀ ਕਵਿਤਾ .com ਪੰਜਾਬੀ ਕਵਿਤਾ .com ਤੇ ਕੋਈ ਵੀ ਕਵੀ ਕੋਈ ਵੀ ਰਾਈਟਰ ਦੇ ਬਾਰੇ ਬਾਕੀ ਰਚਨਾਵਾਂ ਵੀ ਮਿਲ ਜਾਣਗੀਆਂ ਇਕੱਲੀਆਂ ਕਾਫ ਨਹੀਂ ਸਾਰੀਆਂ ਮਿਲ ਜਾਣਗੀਆਂ ਜੀ ਚਾਹੇ ਕਹਾਣੀ ਹੈ ਵਾਰਤਕਾ ਨਾਵਲ ਕੁਝ ਵੀ ਹੈ ਠੀਕ ਹੈ ਸਾਰੀਆਂ ਮਿਲ ਜਾਣਗੀਆਂ ਇਹ ਆਪਸ਼ਨ ਲਗਭਗ ਆਨਸਰ ਆ ਰਿਹਾ ਜੀ ਸਭ ਦਾ ਹੀ ਮੈਨੂੰ ਇਹ ਲੱਗ ਰਿਹਾ ਹੁਣ ਧਰਮ ਜੀ ਜੀ ਟੇਕ ਕੇਅਰ ਹਾਂਜੀ ਸੋ ਮੈਕਸਿਮਮ ਆਨਸਰ 11 ਦੇ ਲਈ ਇਹ ਆ ਰਿਹਾ ਪਰ ਟੀਚਰ ਜੀ ਨੇ ਕਾਫੀ ਜ਼ਿਆਦਾ ਮਤਲਬ ਦਾਵੇਦਾਰੀ ਠੋਕੀ ਐ ਸੀ ਤੇ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਹਾਂਜੀ ਸੀ ਆਪਸ਼ਨ ਕਰੈਕਟ ਹੈ ਜੀ 11ਵੀਂ ਚ ਜੀ ਠੀਕ ਹੈ ਜੀ ਟੀਚਰ ਜੀ ਕੁਐਸਚਨ ਨੰਬਰ 12ਵਲਵਦਿਆ ਜੀ ਸਿਪਾਈ ਦਾ ਦਿਲ ਦਾ ਵਿਸ਼ਾ ਹੈ ਪ੍ਰੀਤ ਮਤਲਬ ਕਿ ਪ੍ਰੇਮ ਪਿਆਰ ਰੋਮਾਂਸਵਾਦੀ ਹੈ ਜਾਂ ਫਿਰ ਪ੍ਰਗਤੀਵਾਦੀ ਹੈ ਜਜ਼ਾਰਵਾਦੀ ਹੈ ਜਾਂ ਦੇਸ਼ ਪਿਆਰ ਹੈ கரੈਕਟ ਆਪਸ਼ਨ ਚੂਜ਼ ਕਰੋ ਜੀ ਡੀ ਆਪਸ਼ਨ ਆ ਰਿਹਾ ਸੁਮਨ ਜੀ ਅੰਜੂ ਜੀ ਦਾ ਮੇਰਾ ਵੀ ਰਾਈਟ ਸੀ ਹਾਂ ਜੀ ਅੰਜੂ ਜੀ ਤੁਹਾਡਾ ਵੀ ਰਾਈਟ ਹੈ ਸੀ ਆਪਸ਼ਨ ਬਿਲਕੁਲ கரੈਕਟ ਜੀ ਨਹੀਂ ਸਰ ਜੀ ਮੰਨਤ ਜੀ ਨਹੀਂ ਮਤਲਬ ਜੀ ਯਾ ਕਿਤੇ ਹੋਰ ਵੀ ਪੜੀ ਹੋਈ ਹੈ ਕਿਸੇ ਹੋਰ ਕਲਾਸ ਚ ਹੋ ਗਿਆ ਬਿਲਪਸ ਡੀ ਆਪਸ਼ਨ ਸ਼ੀਤਲ ਜੀ 인ਦਜੀ ਸੰਤਜੀ ਹਰਪ੍ਰੀਤ ਜੀ ਗਗਨ ਜੀ ਸਭ ਦਾ ਡੀ ਆਪਸ਼ਨ ਆ ਰਿਹਾ ਜੀ 9th ਕਲਾਸ ਚ ਹੈ ਇਹ ਤਾਂ 9th ਕਲਾਸ ਚ ਹੈ ਜੀ ਦੇਖੋ ਜੀ ਮੈਂ 11ਵਾਂ ਚ ਪੜੀ ਹੈ ਜੀ ਸੌਰੀ ਜੀ ਕਿੰਦਰ ਗਿਆ ਕੁਐਸਚਨ ਹਾਂ ਜੀ 11ਵਾਂ ਚ ਪੜੀ ਹੈ ਜੀ ਮਨਤ ਜੀ ਬਾਕੀ ਫੇਰ ਵੀ ਆਪਾਂ ਕਨਫਰਮ ਕਰ ਲਾਂਗੇ ਹਾਂਜੀ ਡੀ ਆਪਸ਼ਨ ਆ ਰਿਹਾ 11th ਚ ਵੀ ਹੈ 9th ਕਲਾਸ ਚ ਹੈ ਮਨਤ ਜੀ ਕੋਈ ਗੱਲ ਨਹੀਂ ਆਪਾਂ ਦੇਖ ਲਵਾਂਗੇ ਹੋ ਸਕਦਾ ਦੋਹਾਂ ਚ ਹੋਵੇ ਇਹ ਵੀ ਹੈ ਵੈਸੇ ਮੈਂ 11th ਚ ਪੜ੍ਹੀ ਹੋਈ ਆ ਜੀ ਚਲੋ ਕੋਈ ਗੱਲ ਨਹੀਂ ਜੇਕਰ ਦੋਹਾਂ ਚ ਹੋਈ ਮੈਂ ਪਿੰਨ ਕਰ ਦਾਂਗਾ ਮੈਸੇਜ ਠੀਕ ਹੈ ਜੀ ਹਾਂਜੀ ਪਿੰਨ ਕਰ ਦਿਆਂਗਾ 9th ਚ ਵੀ ਹੈ ਇਹ ਮੈਂ ਅੱਜ ਹੀ ਪੜ੍ਹੀ ਸੀ ਓਕੇ ਮਨਤ ਜੀ ਜੇਕਰ 9th ਚ ਵੀ ਹੈ ਤਾਂ ਪਿੰਨ ਕਰ ਦਾਂਗਾ ਮੈਸੇਜ ਠੀਕ ਹੈ ਕਨਫਰਮ ਕਰਕੇ ਜੇਕਰ ਤੁਹਾਡੇ ਕੋਲ ਕੋਈ ਬੁੱਕ ਵਗੈਰਾ ਹੈ ਤਾਂ ਦੱਸਣਾ ਜੀ ਦੇਖ ਲਾਂਗੇ ਜੀ ਚਲੋ ਜੀ ਠੀਕ ਹੈ ਜੀ ਹਾਂ ਜੀ ਸੋ ਆਨਸਰ ਜ਼ਿਆਦਾਤਰ ਆਏ ਨੇ ਡੀ ਡੀ ਆਪਸ਼ਨ ਆਇਆ ਦੇਸ਼ ਭਗਤ ਸ਼ਬਦ ਠੀਕ ਹੈ ਜੀ ਦੇਸ਼ ਭਗਤ ਠੀਕ ਹੈ ਜੀ ਚਲੋ ਜੀ ਅੱਗੇ ਵਧਦੇ ਹਾਂ ਕੁਐਸਚਨ ਨੰਬਰ 13 ਦੇ ਵੱਲ ਕਵੈਸਚਨ ਨੰਬਰ 13 ਆਪਨੇ ਪ੍ਰੋਫੈਸਰ ਦੀ ਨੌਕਰੀ ਕਿੱਥੇ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਸਿੱਖ ਨੈਸ਼ਨਲ ਕਾਲਜ ਲਾਹੌਰ ਖਾਲਸਾ ਕਾਲਜ ਪਟਿਆਲਾ ਤੇ ਉਪਰੋਕਤ ਸਭ ਜਗ੍ਹਾ ਤੇ ਕਿੱਥੇ ਕੀਤੀ ਇਹ ਕਰੈਕਟ ਆਪਸ਼ਨ ਚੂਜ਼ ਕਰੋ ਜੀ ਡੀ ਆਪਸ਼ਨ ਮਨਜੀਤ ਜੀ ਅੰਜੂ ਜੀ ਦਾ ਆ ਰਿਹਾ ਜੀ ਅੱਛਾ ਜੀ ਲੱਗਦਾ ਖਾਨੇ ਪਈ ਥੋੜੇ ਦੂਰ ਹੋ ਗਏ ਸੀ ਸਟੱਡੀ ਕਰਨ ਲੱਗ ਗਏ ਜੀ ਮਨਤ ਜੀ ਦਾ ḍi ਆਪਸ਼ਨ ਮੈਂ ਵੀ ਚੈੱਕ ਕਰੂੰ ਅੱਜ ਓਕੇ ਜੀ ਜ਼ਰੂਰ ਜੀ ਠੀਕ ਹੈ ਜੀ ḍi ਆਪਸ਼ਨ ਅਨਸਰ ਆ ਰਿਹਾ ਹੈ ਲਗਭਗ ਸਭ ਦਾ ਕੁਲਵੀਰ ਜੀ ਲक्की ਜੀ ਹਰਨੇਵ ਜੀ ਪੋਨਮ ਜੀ ਗਗਨ ਜੀ ਮਨਤ ਜੀ ਸੁਖਵੀਰ ਜੀ ਸੁਖ ਜੀ ਅਨੀਤਾ ਜੀ ਮਨਤ ਜੀ ਤੋਂ ਦੇਖੋ ਜੀ ਪਲੱਸ 1 ਦੇ ਵਿੱਚ ਤੁਹਾਨੂੰ ਇਹ ਤਿੰਨੇ ਮਿਲ ਜਾਣਗੇ ਕਾਲਜ ਪਰ ਪਲੱਸ 2 ਦੇ ਵਿੱਚ ਨਹੀਂ ਮਿਲਨੇ 9th 'ਚ ਨਹੀਂ ਮਿਲਨੇ ਉਹਦੇ 'ਚ ਇੱਕ ਇੱਕ ਕਾਲਜ ਹੀ ਲਿਖਿਆ ਹੋਇਆ ਪਰ ਤਿੰਨਾਂ 'ਚ ਹੀ ਕੀਤੀ ਹੈ ਠੀਕ ਹੈ ਜੀ ਸੋ ਇਸ ਲਈ ਡੀ অপਸ਼ਨ கரெક્ટ ਹੈ ਜੀ ਕੁਐਸਚਨ ਨੰਬਰ 14ਵਲ ਵਦਦੇ ਆ ਮੋਹਨ ਸਿੰਘ ਨੇ ਕਿਹੜਾ ਪੱਤਰ ਕੱਢਿਆ ਨਾ ਹੈਰੀ ਵੀ ਮੈਂ ਤਾਂ ਇਹ ਆਪਸ਼ਨ ਪੰਜ ਦਰਿਆ ਬੀ ਆਪਸ਼ਨ ਚਾਨਣ ਸੀ ਆਪਸ਼ਨ ਪੰਜਾਬੀ ਸਾਹਿਤ ਡੀ ਆਪਸ਼ਨ ਕੋਮਲ ਸੰਸਾਰ ਕੁਐਸਚਨ ਨੰਬਰ 14 ਦੇ ਲਈ ਆਨਸਰ ਆਉਂਦਾ ਜੀ ਸਿਮਰ ਜੀ ਸਿਮਰਨ ਜੀ ਮੰਦਿਰ ਜੀ ਤੇ ਅਮਨ ਜੀ ਇਹ ਆਪਸ਼ਨ ਆ ਰਿਹਾ ਜੀ ਆਨਸਰ ਪੂਰਨ ਸਿੰਘ ਅਨਿਤਾ ਜੀ 9th ਚ ਹੈ ਭਰਪੂਰਨ ਸਿੰਘ ਅੱਛਾ ਜੀ ਪਿਛਲੀ ਕਵਿਤਾ ਦੀ ਗੱਲ ਕਰ ਰਹੇ ਹੋ ਸ਼ਾਇਦ ਪੋਨਮ ਜੀ ਦਾ ਏ ਆ ਰਿਹਾ ਜੀ ਗਗਨ ਜੀ ਦਾ ਏ ਸੁਮਨ ਜੀ ਅੰਜੂ ਜੀ ਏ অপਸ਼ਨ 14 ਨੰਬਰ ਦੇ ਲਈ ਮਨਤ ਜੀ ਦਾ ਏ ਆਪਸ਼ਨ ਜਸਿੰਦਰ ਜੀ ਦਾ ਏ ਪੰਜ ਦਰਿਆ ਇੱਕ ਮਾਸਿਕ ਪੱਤਰ ਹਾਂ ਜੀ ਦੇਖੋ ਜੀ ਮਨਤ ਜੀ ਦਾ ਵੀ ਏ ਆ ਰਿਹਾ ਜੀ अच्छा ਇਹਨੂੰ ਯਾਦ ਰੱਖਣ ਦਾ ਇੱਕ ਸਿੰਪਲ ਜਿਹਾ ਤਰੀਕਾ ਦੱਸ ਦਿਆਂ ਆਪਣੇ ਆਪ ਪੰਜ ਕਿੰਨੇ ਹੁੰਦੇ ਜੀ ਆ ਪੰਜ ਹੁੰਦਾ ਸਭ ਨੂੰ ਪਤਾ ਹੈ ਠੀਕ ਹੈ ਜੀ ਤੇ ਮੋਹਨ ਸਿੰਘ ਦੇ ਨਾਂ ਦੇ ਵਿੱਚ ਵੀ ਕਿੰਨੇ ਅੱਖਰ ਨੇ ਜੀ ਪੰਜ ਠੀਕ ਹੈ ਸੋ ਇੱਥੋਂ ਤੁਸੀਂ ਤਿਆਰ ਮਤਲਬ ਯਾਦ ਕਰ ਲਓ ਠੀਕ ਹੈ ਸਬਦਾ ਪੰਜ ਦਰਿਆ ਪੰਜ ਦਰਿਆ கரੈਕਟ ਹੈ ਜੀ ਚਲੋ ਜੀ ਹਾਂ ਜੀ 1939 ਵਿੱਚ ਸ਼ੁਰੂਆਤ ਬਟ ਪਾਕਿਸਤਾਨ ਤੋਂ ਲਾਹੌਰ ਤੋਂ ਸੁਣਾਇਆ ਜਾਂਦਾ ਜੀ ਠੀਕ ਹੈ ਜੀ ਵੀਡੀਓ ਰੁਕ ਗਈ ਜੀ ਮੇਰੀ ਹੁਣ ਦੇਖੋ ਚੱਲ ਗਈ ਹੋਣੀ ਕੁਐਸਚਨ ਨੰਬਰ 16 15 ਬਲਵਤ ਦੇ ਜੀ ਪੰਜ ਦਰਿਆ ਪੱਤਰ ਸੀ ਹਾਂਜੀ 1905 ਜਨਮ ਵੀ ਹੈ ਤਿੰਨ ਚੀਜ਼ਾਂ ਯਾਦ ਹੋ ਜਾਣਗੀਆਂ ਪੰਜ ਦਰਿਆ ਪੰਜ ਨਾਮ ਤੋਂ ਹੀ ਪੰਜ ਅੱਖਰਾਂ ਦਾ ਨਾਮ ਹੈ ਠੀਕ ਹੈ ਤੇ ਪੰਜ ਅੱਖਰ ਹੀ ਪੰਜ ਚ ਹੀ ਜਨਮ ਹੋਇਆ 1905 ਠੀਕ ਹੈ ਇਹ ਦੋ ਤਿੰਨ ਚੀਜ਼ਾਂ ਇਕੋ ਜਿਹੀਆਂ ਨੇ ਮੈਚ ਕਰ ਲੈਣਾ ਜੀ ਠੀਕ ਹੈ ਜੀ ਹੁਣੇ ਆਨਸਰ ਕਰ ਚੁੱਕੇ ਨੇ ਟੀਚਰ ਜੀ ਜੇਕਰ ਕਿਸੇ ਨੇ ਧਿਆਨ ਦਿੱਤਾ ਹੋਵੇ ਪੰਜ ਦਰਿਆ ਕੀ ਹੈ ਤੈਣਿਕ ਪੱਤਰ ਸੀਗਾ ਤੈਣਿਕ ਪੱਤਰ ਸੀਗਾ ਸਪਤਾਹਿਕ ਸੀਗਾ ਮਾਸਿਕ ਸੀਗਾ ਜਾਂ ਤਿਮਾਹੀ ਸੀਗਾ ਤਿਮਾਹੀ ਹੁੰਦਾ ਜੀ 3 ਮਹੀਨਾ ਬਾਅਦ ਆਉਣ ਵਾਲਾ ਡਾਊਟ ਵੀ ਜ਼ਰੂਰੀ ਹੈ ਡਾਊਟ ਜਾਂ ਡਾਊਟ ਡਾਊਟ ਜ਼ਰੂਰੀ ਹੈ ਡਾਊਟ ਕਲੀਅਰ ਕਰਨਾ ਜ਼ਰੂਰੀ ਹੈ ਸੀ ਆਪਸ਼ਨ ਅਰਸ਼ ਜੀ ਸੁਮਨ ਜੀ ਸੀ ਆਪਸ਼ਨ ਸਿਮਰਨ ਜੀ ਜਸਿੰਦਰ ਜੀ ਅਨੀਤਾ ਜੀ ਦਾ ਆ ਰਿਹਾ ਅਮਨ ਜੀ ਪਰਮਜੀਤ ਜੀ ਸੁਖ ਜੀ ਸਬਦਾ ਰਿਆ ਜੀ ਸੀ ਆਪਸ਼ਨ ਇੰਦਰ ਜੀ ਸੋ ਗਲਤ ਤਾਂ ਹੋਣਾ ਹੀ ਨਹੀਂ ਕਿਸੇ ਦਾ ਮੌਨ ਮੌਨ ਤੋਂ ਮਾਸਿਕ ਲਓ ਜੀ ਸੁਮਨ ਜੀ ਨੇ ਇੱਕ ਹੋਰ ਟਿਕ ਬਣਾ ਦਿੱਤੀ ਹੈ ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਵੀ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰ ਰਹੇ ਆ ਇਹ ਜ਼ਰੂਰ ਯਾਦ ਰਹਿਣਗੀਆਂ ਜੀ ਉਦੋਂ ਠੀਕ ਹੈ ਜੀ ਮਾਸਿਕ ਹਾਂ ਜੀ ਕੁਐਸਚਨ ਨੰਬਰ 16 ਵੱਲ ਵਧਦੇ ਆ ਜੀ ਕੁਐਸਚਨ ਨੰਬਰ 16 ਜੀ ਆਪਣਾ ਮੋਹਨ ਸਿੰਘ ਦੀ ਕਵਿਤਾ ਨਹੀਂ ਹੈ ਦੇਖੋ ਜੀ ਇਹ ਕਵਿਤਾਵਾਂ ਜਿਹੜੀਆਂ ਸ਼ਾਮਿਲ ਨੇ ਨੌਵੀਂ ਜਮਾਤ ਦੇ ਵਿੱਚ ਹਾਂਜੀ ਨੌਵੀਂ ਛੇ ਉਹੀ ਨੇ ਸਾਰੀਆਂ ਇਹ ਲਗਭਗ ਠੀਕ ਹੈ ਜੀ ਸੋ ਦੱਸੋ ਕਿਹੜੀ ਕਥਾ ਹੈ ਜਿਹੜੀ ਮੋਹਨ ਸਿੰਘ ਦੀ ਨਹੀਂ ਹੈ ਅੱਗਿਓ ਅੱਗੇ ਚੱਲਣਾ ਗੁਰੂ ਨਾਨਕ ਜੀ ਗੁਰੂ ਨਾਨਕ ਨੂੰ ਤੇ ਜਟੀਆਂ ਦੇ ਗੀਤ ਪ੍ਰੀਤ ਵੀਣਾ ਡੀ ਆਪਸ਼ਨ ਆ ਰਿਹਾ ਜੀ ਊਨਮ ਜੀ ਦਾ ਸੁਮਨ ਜੀ ਮਨਜੀਤ ਜੀ ਲੱਕੀ ਜੀ ਸਬ ਦਾ ਡੀ ਆਪਸ਼ਨ ਆ ਰਿਹਾ ਜੀ ਮੈਂ 9th ਛੇ ਰੀਡ ਕੀਤੀ ਬਟ ਉਹ 11th ਚੈੱਕ ਕੀਤੀ ਸੀ ਮੈਂ अच्छा जी इलेवंथ से हाँ जी ये नाइनथ दियाँ आई जी देखो जी ठीक है जी तो so, सिमरन जी का प्रीत वीणा आ रहा जी डी आंसर आ रहा सब का ओके <laughs> okay जी ठीक है जी मनत जी चलो जी ठीक है फिर डी ऑप्शन सब का ही करैक्ट है जी प्रीत वीणा जी भाई वीर सिंह हाँ जी ਡੀ অপਸ਼ਨ கரெક્ટ ਹੈ ਜੀ ਹੁਣ ਜੀ ਦੋ ਤਿੰਨ ਗੱਲਾਂ ਇਹਦੇ ਬਾਰੇ ਵੀ ਮੈਂ ਦੱਸ ਦਿਆਂ ਮਤਲਬ ਮੇਨ ਵਿਸ਼ੇ ਦੱਸ ਦਿਆਂ ਜੀ ਅੱਗੇ ਨੂੰ ਅੱਗੇ ਚੱਲਣਾ ਪ੍ਰਗਤੀਵਾਦੀ ਹੈ ਜੀ ਠੀਕ ਹੈ ਜੀ ਪ੍ਰਗਤੀਵਾਦੀ ਵਿਸ਼ਾ ਹੈ ਇਹਦੇ ਚ ਅੱਗੇ ਨੂੰ ਅੱਗੇ ਚੱਲਣਾ ਤੇ ਉਸ ਤੋਂ ਬਾਅਦ ਹੈ ਜੀ ਆਪਣੇ ਨਾਨਕ ਗੁਰੂ ਨਾਨਕ ਨੂੰ ਇਹ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਜਟੀਆਂ ਦੇ ਗੀਤ ਇਹ ਜਿਹੜੇ ਪੰਜਾਬ ਦੀਆਂ ਜਟੀਆਂ ਦੇ ਗੀਤਾਂ ਦੇ ਬਾਰੇ ਮੇਨ ਫੋਕਸ ਕੀਤਾ ਹੋਇਆ ਹੈ ਠੀਕ ਹੈ ਜੀ ਮੇਨ ਇਹ ਜਿੱਗਲਾਂ ਜਿਹੜੀਆਂ ਜ਼ਰੂਰੀ ਨੇ ਯਾਦ ਰੱਖਣ ਵਾਸਤੇ ਥੋੜਾ ਜਿਹਾ ਧਿਆਨ ਦੇ ਲੈਣਾ ਬਾਕੀ ਕੁਝ ਖਾਸ ਨਹੀਂ ਕੁਐਸਚਨ ਨੰਬਰ 17 ਮੋਹਨ ਸਿੰਘ ਦੀ ਕਵਿਤਾ ਨਹੀਂ ਜਾਮੀਰ ਵੱਡਾ ਵੇਲਾ ਨਿੱਕੀ ਗੋਦ ਵਿੱਚ ਅੱਧ ਵਾਟੇ ਹਾਂਜੀ ਕਵਿਤਾ ਜਾਂ ਕਾਵ ਸੰਗ੍ਰਹਿ ਨਹੀਂ ਹੈ ਕਿਹੜਾ ਨਹੀਂ ਹੈ ਕਰੈਕਟ ਆਪਸ਼ਨ ਚੂਜ਼ ਕਰੋ ਜੀ ਹਾਂਜੀ ਮੋਹਨ ਸਿੰਘ ਦੀ ਰਚਨਾ ਨਹੀਂ ਹੈ ਕਿਹੜੀ ਨਹੀਂ ਹੈ ਡੀ ਆਪਸ਼ਨ ਇੰਦਰਜੀਤ ਆ ਰਿਹਾ ਸੀ ਆਪਸ਼ਨ ਜਸਿੰਦਰ ਜੀ ਡੀ ਆਪਸ਼ਨ ਸ਼ੀਤਲ ਜੀ ਸੀ ਆਪਸ਼ਨ ਸਿਮਰ ਜੀ ਦਾ ਗਗਨ ਜੀ ਦਾ ਸੀ ਸਮਨ ਜੀ ਦਾ ਸੀ ਲੱਕੀ ਜੀ ਦਾ ਸੀ ਆਪਸ਼ਨ ਸੀ ਆਪਸ਼ਨ ਅਨੀਤਾ ਜੀ ਸੀ ਆਪਸ਼ਨ ਟੀਚਰ ਜੀ ਕੁਲਵੀਰ ਜੀ ਦਾ ਸੀ ਜਗਦੀਪ ਜੀ ਅਰਸ਼ ਜੀ ਹਰ ਨਿਵਾਜ ਜੀ ਬਲਜੀਤ ਜੀ ਮਨਦੀਪ ਜੀ ਗਗਨ ਜੀ ਸਭ ਦਾ ਹੀ ਸੀ ਆਪਸ਼ਨ ਆ ਰਿਹਾ ਜੀ ਤੇ ਸਭ ਦਾ ਹੀ ਸੀ ਕਰੈਕਟ ਹੈ ਕੁਝ ਡੀ ਵੀ ਆਨਸਰ ਕਰ ਰਹੇ ਸੀ ਨੋਟ ਕਰ ਲੈਣ ਜੀ ਸੀ ਆਨਸਰ ਕਰੈਕਟ ਹੈ ਜੀ ਮਨਨ ਜੀ ਮਨਜੀਤ ਜੀ ਅੰਜੂ ਜੀ ਸਭ ਦਾ ਕਰੈਕਟ ਜੀ ਠੀਕ ਹੈ ਜੀ 17 ਦੇ ਲਈ ਜਿਨ੍ਹਾਂ ਨੇ ਵੀ ਡੀ ਆਪਸ਼ਨ ਸੀ ਆਪਸ਼ਨ ਚੂਜ਼ ਕੀਤਾ ਹੈ ਹਾਂ ਜੀ ਭਾਈ ਵੀਰ ਸਿੰਘ ਠੀਕ ਹੈ ਜੀ ਗਗਨ ਗਗਨ ਜੀ ਠੀਕ ਹੈ ਜੀ ਭਾਈ ਵੀਰ ਸਿੰਘ ਜੀ ਦੀ ਹੈ ਕੁਐਸਚਨ ਨੰਬਰ 18 ਜੀ ਮੋਹਨ ਸਿੰਘ ਦਾ ਪਹਿਲਾ ਕਾਗਜ਼ ਸੰਗ੍ਰਹਿ ਕਿਹੜਾ ਸੀ ਏ ਆਪਸ਼ਨ ਜੰਦਰੇ ਬੀ ਆਪਸ਼ਨ ਸੋਵੇ ਪੱਤਰ ਸੀ ਆਪਸ਼ਨ ਕੱਚ ਸੱਚ ਡੀ ਆਪਸ਼ਨ ਨਨਕਾਣ ਕਰੈਕਟ ਆਪਸ਼ਨ ਚੂਜ਼ ਕਰੋ ਜੀ ਆਨ ਦੋ ਅੱਗੇ ਇਹ ਅਨਸਰ ਜੋ ਵੀ ਹੈ ਅਮਰਤਾ ਮੋਹਨ ਇੱਕ ਦੌਰ ਸੀ ਚੱਲਦਾ ਹਾਂਜੀ ਅਮਰਤਾ ਤੇ ਮੋਹਨ ਇੱਕ ਦੌਰ ਸੀ ਚੱਲਦਾ ਬਿਲਕੁਲ ਜੀ ਪੰਜਾਬੀ ਸਾਹਿਤ ਵਿੱਚ ਬੀ ਆਪਸ਼ਨ ਆ ਰਿਹਾ ਜੀ ਜ਼ਾਵੇ ਪੱਤਰ ਹਰਪ੍ਰੀਤ ਜੀ ਅਰਸ਼ ਜੀ ਸਿਮਰਨ ਜੀ ਪੋਨਮ ਜੀ ਜਸਵਿੰਦਰ ਜੈਨ ਜੀ ਸਬਦ ਹੈ ਹਰੀ ਜੀ ਜਾਂ ਨੀਤਾ ਜੀ ਸੁਖ ਜੀ ਸਿਮਰ ਜੀ ਸੋਮਨ ਜੀ ਬੀ ਆਪਸ਼ਨ 1936 ਬੀ ਆਪਸ਼ਨ ਦਗਨ ਜੀ ਲੱਕੀ ਜੀ ਅਰਸ਼ ਜੀ ਹਾਂਜੀ ਇਹ ਤਾਂ ਮੈਂ ਪਹਿਲਾਂ ਹੀ ਦੱਸਤਾ ਸੀ ਠੀਕ ਹੈ ਜੀ ਸਭ ਦਾ ਸਾਵੇ ਪੱਤਰ ਇੱਕ ਗੱਲ ਹੋਰ ਨੋਟ ਕਰ ਲਓ ਬੀ ਮੰਨਤ ਜੀ ਕੋਲ بھیਜੀ ਠੀਕ ਹੈ ਜੀ ਕਿ ਸਾਵੇ ਪੱਤਰ ਤੋਂ ਇਲਾਵਾ ਕਿਤੇ ਕਿਤੇ ਤੁਹਾਨੂੰ ਲਿਖਿਆ ਮਿਲੇਗਾ ਚਾਰ ਹੰਜੂ ਠੀਕ ਹੈ ਜੀ ਚਾਰ ਹੰਜੂ ਵੀ ਕਿਤੇ ਕਿਤੇ ਲਿਖਿਆ ਮਿਲੇਗਾ ਯਾਦ ਕਰਨਾ ਜੀ ਇਸ ਗੱਲ ਨੂੰ ਨੋਟ ਕਰ ਲੈਣਾ ਤੇ ਜੇਕਰ ਸਾਵੇ ਪੱਤਰ ਨਹੀਂ ਹੈ ਤਾਂ ਫਿਰ ਜੇਕਰ ਸਾਵੇ ਪੱਤਰ ਨਹੀਂ ਹੈ ਤਾਂ ਫਿਰ ਚਾਰ ਹੰਜੂ ਹੋ ਸਕਦਾ ਹੈ ਇਹਨੂੰ ਨੋਟ ਕਰਨਾ ਹੈ ਠੀਕ ਹੈ ਜੀ ਵੈਸੇ ਚਾਂਸ ਨਹੀਂ ਹੈ ਇਹਦੇ 메ਨ ਚਾਂਸ ਤਾਂ ਇਹਦੇ ਹੀ ਆਉਣਦੇ ਆ ਠੀਕ ਹੈ ਜੀ ਹਾਂ ਜੀ ਲਾਈਕ ਕਰ ਦਿਓ ਜੀ 31 ਆਨਲਾਈਨ ਹੈ ਬਾਕੀ ਲਾਈਕ ਸਿਰਫ 17 ਕੁਐਸਚਨ ਨੰਬਰ 19 ਜੀ ਮੋਹਨ ਸਿੰਘ ਨੇ ਮੁंशी प्रेमचंद ਦੇ ਕਿਹੜੇ ਨਾਵਲ ਦਾ ਅਨੁਵਾਦ ਕੀਤਾ ਏ ਆਪਸ਼ਨ ਨਿਰਮਲਾ ਬੀ ਆਪਸ਼ਨ ਗੋਦਾਂ ਸੀ ਆਪਸ਼ਨ ਦੋਵੇਂ ਡੀ ਆਪਸ਼ਨ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਰੈਕਟ ਆਪਸ਼ਨ ਚੂਜ਼ ਕਰੋ ਜੀ ਕਿਹੜੇ ਨਾਵਲ ਦਾ ਅਨੁਵਾਦ ਕੀਤਾ ਜੀ ਬਲਜੀਤ ਜੀ ਦਾ ਬੀ ਆਪਸ਼ਨ ਥੈਂਕ ਯੂ ਜੀ ਸੁਖ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਲਾਈਕ ਕਰ ਦਿੱਤੀ ਵੀਡੀਓ ਆਉਦੇ ਸਾਰੇ ਸੋ ਲੱਕੀ ਜੀ ਦਾ ਸੀ ਆਪਸ਼ਨ ਸਤਨਾਮ ਜੀ ਗਗਨ ਜੀ ਕੁਲਵੀਰ ਜੀ ਪੁਨਮ ਜੀ ਸਭ ਦਾ ਸੀ ਆਪਸ਼ਨ ਆ ਰਹੀ 177 ਵਿੱਚ ਪਸੰਦ ਕਵਿਤਾ ਵਿੱਚ ਉਹਨਾਂ ਦੀ ਵਾਈਫ ਦਾ ਜ਼ਿਕਰ ਹੈ ਹਾਂ ਜੀ ਇਹ ਵੀ ਨੋਟ ਕਰੋ ਜੀ ਇਕੱਲਾ ਜਿਹੜੀਆਂ ਜ਼ਰੂਰੀ ਨੇ ਸੁਖ ਸਮਨ ਜੀ ਦਾ ਸੀ ਆਪਸ਼ਨ ਸੀ অপਸ਼ਨ আরসিজি হরនាਵাজ জি মনਜੀਤ জি ਦਾ বি অপਸ਼ਨ ਆ ਰਿਹਾ ਜੀ ਸੀ অপਸ਼ਨ বি অপਸ਼ਨ ਜਸਵਿੰਦਰ ਜੀ ਦਾ ਠੀਕ ਹੈ ਜੀ ਸੀ অপਸ਼ਨ ਵਾਲੇ ਸਾਰੇ ਜੀ ਹਾਂਜੀ ਦੋਵੇਂ ਜੀ ਠੀਕ ਹੈ ਜੀ ਦੋਵੇਂ ਕੀਤਾ ਜੀ Nirmala ਵੀ ਕੀਤਾ ਤੇ Godaan ਵੀ ਕੀਤਾ ਠੀਕ ਹੈ ਜੀ Godaan ਪਹਿਲਾਂ ਕੀਤਾ ਗਏ ਚਲੋ ਜੀ ਅੱਗੇ ਵਧਦੇ ਹਾਂ ਕੁਐਸਚਨ ਨੰਬਰ 20 ਦੇ ਵੱਲ ਤੇ ਤੁਸੀਂ ਆਨਲਾਈਨ ਤੇ ਲਾਈਕ ਕਿੰਨੇ ਜੀ ਕਵੈਸਚਨ ਨੰਬਰ ਵੀ ਜੀ ਮੋਹਨ ਸਿੰਘ ਦੀ ਮੌਤ ਕਦੋਂ ਹੋਈ ਹੁਣ ਇਹ ਤਾਂ ਸਭ ਨੇ ਸਹੀ ਆਨਸਰ ਕਰ ਦੇਣਾ ਜੀ ਪ੍ਰੋਫੈਸਰ ਮੋਹਨ ਸਿੰਘ ਦੀ ਮੌਤ ਕਦੋਂ ਹੋਈ ਜੀ ਸਿੱਖ ਲਿਖਿਆ ਜੀ ਸੀ ਆਪਸ਼ਨ ਪੋਨਮ ਜੀ ਟੀਚਰ ਜੀ ਦਾ ਤੇ ਇੰਦਰ ਜੀ ਦਾ ਮਨਨ ਜੀ ਲੱਖੀ ਜੀ ਸੁਮਨ ਜੀ ਅੰਜੂ ਜੀ ਸਭ ਦਾ ਟੀ ਆਪਸ਼ਨ ਸੀ ਆਪਸ਼ਨ ਸਹੀ ਜੀ ਸਾਰਾ ਸਿੱਖ ਲਿਆ ਕੀ ਜੀ ਸਮੇਂ ਨਹੀਂ ਆਈ ਜੀ हाँ जी हैरी जी अर्श जी जी तो अनीता जी सब ऑप्शन आंसर आ रहा है जी तीन मई उन्नीस सौ अठत् जसविंद्र जी दी ऑप्शन हैरी जी का ठीक है जी सब सी ऑप्शन जी ओके जी ओके ओके है, है जी, जी, ठीक है जी उन्नीस सौ अठत् कुरैक्ट है जी तो पूरी डेट जेकर किसी ने याद करनी लुधियाने विखे तीन मई उन्नीस सौ अठत् पूरी याद कर लेना ठीक है जी प्लस हुई ये भी याद कर लेना क्वेश्चन नंबर इक्की ਮੋਹਨ ਸਿੰਘ ਕਿਸ ਪ੍ਰਕਾਰ ਦੀ ਪ੍ਰਵਰਤੀ ਦਾ ਸਾਹਿਤਕਾਰ ਹੈ A ਆਪਸ਼ਨ ਰੋਮਾਂਟਿਕ B ਆਪਸ਼ਨ ਜੁਝਾਰਵਾਦੀ C ਆਪਸ਼ਨ ਪ੍ਰਗਤੀਵਾਦੀ D ਆਪਸ਼ਨ A ਅਤੇ C ਸੁਮਨ ਜੀ ਦਾ D ਆਪਸ਼ਨ ਅਨਸਰ ਆ ਰਿਹਾ ਜੀ ਕੁਐਸਚਨ ਨੰਬਰ 21 ਦੇ ਲਈ ਟੀਚਰ ਜੀ ਕੁਲਵੀਰ ਜੀ ਅੰਕੁਸ਼ ਜੀ ਅਨੀਤਾ ਜੀ ਲक्की ਜੀ ਮੰਤਰੀ ਜੀ ਇਹ ਜੀ ਸ਼ਬਦ ਹੈ D ਆਪਸ਼ਨ ਗਗਨ ਜੀ ਹਰੀ ਜੀ ਅਰਸ਼ ਜੀ ਹਾਂ ਜੀ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹੇ ਹੋਏ ਨੇ ਇਸ ਤੇ ਸੀ ਡੀ ਆਪਸ਼ਨ ਜਿ ਮਰਜੀ ਦਾ ਜਿਸੇਂਦਰ ਜੀ ਦਾ ਡੀ ਆਪਸ਼ਨ ਹਾਂਜੀ ਇਹਦੇ ਬਾਰੇ ਵੀ ਮੈਂ ਪਹਿਲਾਂ ਦੱਸ ਚੁੱਕਾ ਜੀ ਪਹਿਲਾਂ ਸ਼ੁਰੂਆਤ ਕੀਤੀ ਰੋਮਾਂਟਿਕ ਤੋਂ ਉਸ ਤੋਂ ਬਾਅਦ ਪ੍ਰਗਤੀਵਾਦੀ ਤੇ ਇੱਕ ਗੱਲ ਹੋਰ ਜੀ ਕਿਸੇ ਵੀ ਰਾਈਟਰ ਦੀ ਕੋਈ ਇੱਕ ਪ੍ਰਵਰਤੀ ਨਹੀਂ ਹੁੰਦੀ ਪਰ ਜਦ ਰਚਨਾਵਾਂ ਜਿਸ ਪ੍ਰਵਰਤੀ ਚ ਕੀਤੀਆਂ ਹੁੰਦੀਆਂ ਨੇ ਉਹ ਹੀ ਉਹਦੀ ਪ੍ਰਵਰਤੀ ਮੰਨ ਲਈ ਜਾਂਦੀ ਹੈ ਠੀਕ ਹੈ ਜੀ ਹਾਂਜੀ ਵੈਰੀ ਗੁੱਡ ਜੀ 35 ਤੱਕ ਪਹੁੰਚ ਗਏ ਨੇ ਕੱਲ 450 ਦੇ ਨੇੜੇ ਸੀ ਅੱਜ ਪਤਾ ਨਹੀਂ ਕਿੱਧਰ ਗਏ ਚਲੇ ਸਾਰੇ ਹਾਂਜੀ ਸੋ ਹੋ ਸਕਦਾ ਜੀ ਬਿਜ਼ੀ ਹੋਣ ਕੁਝ ਹੋਣ ਫਾਸੇ ਚ ਐਮੇ ਕੀਤੀ ਬਿਲਕੁਲ ਜੀ ਠੀਕ ਹੈ ਜੀ ਚਲੋ ਜੀ ਅੱਗੇ ਵੱਧਦੇ ਹਾਂ ਕੁਐਸਚਨ ਨੰਬਰ 22 ਦੇ ਵੱਲ ਕੁਐਸਚਨ ਨੰਬਰ 22 ਹੈ ਜੀ ਮੌਣ ਸਿੰਘ ਪੂਰਬ ਦੀ ਗੁਜਰੀ ਕਿਸ ਨੂੰ ਆਪਦੇ ਹਨ ਏ ਆਪਸ਼ਨ ਸਵੇਰ ਨੂੰ ਬੀ ਆਪਸ਼ਨ ਸ਼ਾਮ ਨੂੰ ਸੀ ਆਪਸ਼ਨ ਰਾਤ ਨੂੰ ਡੀ ਆਪਸ਼ਨ ਦਿਨ ਨੂੰ ਦੇਖੋ ਜੀ ਇਹ ਕਲਾ ਸੀ ਇੱਕ ਵੱਖਰੀ ਕਲਾ ਸੀ ਇਹਨਾਂ ਦੇ ਠੀਕ ਹੈ ਜੀ ਅੱਜ ਆਏ ਨਹੀਂ ਜੀ ਮੈਨੂੰ ਤਾਂ ਕੰਮ ਪੈ ਗਿਆ ਸੀ ਓਕੇ ਜੀ ਠੀਕ ਹੈ ਜੀ 34 ਹਾਂ ਜੀ ਵੈਲਕਮ ਜੀ ਸਭ ਦਾ ਕੋਈ ਨਹੀਂ ਹੋ ਸਕਦਾ ਜੀ ਬਿਜ਼ੀ ਹੋਣ ਥੋੜਾ ਬਹੁਤ 37 ਤੱਕ ਹੁਣ ਤਾਂ ਆ ਗਏ ਨੇ ਸੋ ਠੀਕ ਹੈ ਜੀ ਕਿ ਇੱਕ ਵੱਖਰੀ ਕਲਾ ਸੀ ਕਿ ਸਵੇਰ ਸ਼ਾਮ ਰਾਤ ਇਹਨਾਂ ਨੂੰ ਨਾ ਇੱਕ ਵੱਖਰੇ ਹੀ ਆਪਦੇ ਸ਼ਬਦਾਂ ਚ ਇਹਨਾਂ ਨੇ ਲਿਖਿਆ ਹੋਇਆ ਆਪਦੀ ਰਚਨਾਵਾਂ ਦੇ ਵਿੱਚ ਠੀਕ ਹੈ ਜੀ ਸੋ ਪੂਰਵ ਦੀ ਗੁਜਰੀ ਇਹ ਆਪਸ਼ਨ ਟੀਚਰ ਜੀ ਅੰਜੂ ਜੀ ਸਿਮਰਜੀ ਸਬਦਾ ਇਹ ਆਪਸ਼ਨ ਆ ਰਿਹਾ ਅਨੀਤਾ ਜੀ ਸਤਨਾਮ ਜੀ ਅਮਨਜੀਤ ਜੀ ਪਰਮਜੀਤ ਜੀ ਗਗਨ ਜੀ ਅੰਜੂ ਜੀ ਸਬਦਾ ਇਹ ਆਪਸ਼ਨ ਅੰਜੂ ਜੀ ਦਾ ਸੀ ਆ ਰਿਹਾ ਜੀ ਮਨਜੀਤ ਜੀ ਦਾ ਇਹ ਆਪਸ਼ਨ ਬਲਜੀਤ ਜੀ ਦਾ ਤੇ ਜਸਵਿੰਦਰ ਜੀ ਪੁਨਮ ਜੀ ਸਿਮਰਜੀ ਸਬਦਾ ਇਹ ਆਪਸ਼ਨ ਆ ਰਿਹਾ ਜੀ ਇਹ ਆਪਸ਼ਨ ਵਾਲੇ ਸਾਰੇ ਠੀਕ ਨੇ ਖਾਨ ਚ ਲੱਗਾ ਹੋਣੇ ਨਾ ਹਾਂਜੀ ਦੇਖੋ ਜੀ ਜਿਸ ਨੇ ਵੀ ਏ ਆਪਸ਼ਨ ਚੂਜ਼ ਕੀਤਾ ਹੈ கரெਕਟ ਹੈ ਜੀ ਪੂਰਬ ਦੀ ਗੁਜਰੀ ਕੁਛ ਉਹਨਾਂ ਦੀਆਂ ਸਤਰਾਂ ਨੇ ਇਸ ਤਰ੍ਹਾਂ ਮਾਈਂਡ ਚ ਸਕਿਪ ਹੋ ਗਿਆ ਕਿ ਸਵੇਰ ਦੇ ਬਾਰੇ ਉਹ ਦੱਸਦੇ ਨੇ ਇਦਾਂ ਦੀ ਲੱਗਦੀ ਹੈ ਜਿਵੇਂ ਕਿ ਪੂਰਬ ਦੀ ਕੋਈ ਗੁਜਰੀ ਦੁੱਧ ਰੜਕਦੀ ਹੈ ਤੇ ਉਹਦੇ ਬੂੰਦਾਂ ਜਿਵੇਂ ਛਿੱਟੇ ਪੈਂਦੇ ਆ ਹਨਾ ਤੇ ਜਦੋਂ ਦੁੱਧ ਰੜਕਦੇ ਆ ਉਦੋਂ ਇਦਾਂ ਹੀ ਜਿਹੜੀ ਸਵੇਰ ਦੀ ਤੁੱਪ ਹੈ ਉਹ ਤਾਂ ਚੜਦੀ ਹੈ ਠੀਕ ਹੈ ਜੀ ਕੁਐਸਚਨ ਨੰਬਰ 23 ਹੈ ਜੀ ਮੋਹਨ ਸਿੰਘ ਮੋਤੀਆਂ ਦੀ ਜੜੀ ਅਟਾਰੀ ਕਿਸ ਨੂੰ ਆਖਦੇ ਹਨ ਮੋਤੀਆਂ ਦੀ ਜੜੀ ਅਟਾਰੀ ਕਿਸ ਨੂੰ ਕਿਹਾ ਹੈ ਮੋਹਨ ਸਿੰਘ ਜੀ ਨੇ ਸਵੇਰ ਨੂੰ ਸ਼ਾਮ ਨੂੰ ਇੱਥੇ ਰਾਤ ਆਉਣਾ ਸੀ ਜੇ ਸਪੇਸ ਦੇਣ ਕਰਕੇ ਨਾ ਚੇਂਜ ਹੋ ਗਿਆ ਏ ਸੀ ਆਪਸ਼ਨ ਰਾਤ ਹੈ ਜੀ ਸਪੇਸ ਦੇਣ ਕਰਕੇ ਚੇਂਜ ਹੋ ਗਿਆ ਮੇਰੀ ਵੀ ਨਿਗਾ ਨਹੀਂ ਗਈ ਹਾਂਜੀ ਇਹ ਰਾਤ ਹੈ ਜੀ ਆਪਸ਼ਨ ਠੀਕ ਹੈ ਜੀ ਇਸ ਨੂੰ ਰਾਤ ਮੰਨਿਆ ਜਾਵੇ ਸੀ ਆਪਸ਼ਨ ਵੇਰ ਨੂੰ ਸ਼ਾਮ ਨੂੰ ਰਾਤ ਨੂੰ ਜਾਂ ਦਿਨ ਨੂੰ ਕਿਸ ਨੂੰ ਕਹਿੰਦੇ ਸੀ ਮੋਤੀਆਂ ਦੀ ਜੜੀ ਅਟਾਰੀ ਸੀ ਆਪਸ਼ਨ ਆਨਸਰ ਕਰ ਰਹੇ ਨੇ ਹੈਰੀ ਜੀ ਮਨਜੀਤ ਜੀ ਅਨੀਤਾ ਜੀ ਟੀਚਰ ਜੀ ਹਰਸ਼ ਜੀ ਹੈਰੀ ਜੀ ਮਨਨਤ ਜੀ ਸਬਦਾ ਸੀ ਆਪਸ਼ਨ ਬਲਜੀਤ ਜੀ ਪੂਨਮ ਜੀ ਲੱਖੀ ਜੀ ਗਗਨ ਜੀ ਮਨਜੀਤ ਜੀ ਮੰਤਰੀ ਜੀ ਹਰਸ਼ ਜੀ ਮੰਨ ਜੀ ਹਰਨੇਵਾ ਜੀ ਇੰਦਰ ਜੀ ਸਬਦਾ ਹੈ ਜੀ ਸੀ ਆਪਸ਼ਨ ਠੀਕ ਹੈ ਜੀ ਸਬਦਾ ਰਾਤ ਨੂੰ ਹਾਂਜੀ ਰਾਤ ਨੂੰ ਕਹਿੰਦੇ ਸੀ ਮੋਤੀਆਂ ਦੀ ਜੜੀ ਅਟਾਰੀ ਕਿਉਂਕਿ ਰਾਤ ਨੂੰ ਤਾਰੇ ਵਗੈਰਾ ਨਿਕਲਦੇ ਉਹਨਾਂ ਨੂੰ ਮੋਤੀ ਕਹਿੰਦੇ ਆ ਠੀਕ ਹੈ ਜੀ ਇਹਨਾਂ ਨੇ ਮੋਤੀ ਤੇ ਬਰਾਬਰ ਮੰਨਿਆ ਉਹਨਾਂ ਨੂੰ ਚਲੋ ਜੀ ਅੱਗੇ ਵੱਧਦੇ ਆ ਕੁਐਸਚਨ ਨੰਬਰ 24 ਦੇ ਵੱਲ ਮੋਹਨ ਸਿੰਘ ਨੇ ਆਪਣੇ ਮਾਂ ਕਾਵ ਦਾ ਆਰੰਭ ਕਿੱਥੋਂ ਕੀਤਾ ਮੋਹਨ ਸਿੰਘ ਆਪਣੇ ਮਾਂ ਕਾਵ ਦਾ ਆਰੰਭ ਕਿੱਥੋਂ ਕਰਦਾ ਹੈ ਇਹ ਆਪਸ਼ਨ ਭਾਈ ਗੁਰਦਾਸ ਜੀ ਦੀ ਪੰਕਤੀ ਤੋਂ ਬੀ অপਸ਼ਨ ਰੱਬ ਦੀ ਉਪਾਸਨਾ ਤੋਂ ਸੀ অপਸ਼ਨ ਸਧਾਰਨ ਸ਼ਬਦਾਂ ਤੋਂ ਡੀ অপਸ਼ਨ ਗੁਰੂਆਂ ਦਾ ਨਾਮ ਧਿਆਉਣ ਤੋਂ கரੈਕਟ অপਸ਼ਨ ਚੂਜ਼ ਕਰੋ ਜੀ ਬੀ অপਸ਼ਨ ਆ ਰਿਹਾ ਜੀ ਆਨਸਰ ਸੁਮਨ ਜੀ ਦਾ ਗਗਨ ਜੀ ਦਾ ਜਸਿੰਦਰ ਜੀ ਦਾ ਸੀ অপਸ਼ਨ ਆ ਰਿਹਾ ਜੀ ਕੁਐਸਚਨ ਨੰਬਰ 24 ਦੇ ਲਈ ਬੀ অপਸ਼ਨ ਪਰਮ ਜੋ ਜੀ ਵੈਸੇ ਟਿਕਾ ਲਗਾ ਰਹੇ ਨੇ ਸਾਰੇ ਹਾਂ ਜੀ ਗੋਡ ਬੀ ਮਨਜੀਤ ਬੀ অপਸ਼ਨ ਗਗਨਜੀ ਵੀ ਆਪਸ਼ਨ ਵੀ ਆਪਸ਼ਨ ਹਨੀਤਾ ਜੀ ਅੰਜੂ ਜੀ ਮਨਨਤ ਜੀ ਡੀ ਆਪਸ਼ਨ ਟੀਚਰ ਜੀ ਕੁਲਵੀਰ ਜੀ ਦਾ ਵੀ ਆਪਸ਼ਨ ਗਗਨ ਜੀ ਦਾ ਇਹ ਆਪਸ਼ਨ ਮਨਜੀਤ ਜੀ ਦਾ ਵੀ ਆਪਸ਼ਨ ਸੋ ਮੈਕਸਿਮਮ ਗੈਸ ਲਗਾ ਰਹੇ ਨੇ ਮੇਰੇ ਖਿਆਲ ਸਾਰੇ ਹੀ ਬਲਜੀਤ ਜੀ ਜਸਿੰਦਰ ਜੀ ਇਹ ਆਪਸ਼ਨ ਇਹ ਆਪਸ਼ਨ ਵਾਲੇ கரੈਕਟ ਹੈ ਜੀ ਸਾਰੇ ਭਾਈ ਗੁਰਦਾਸ ਜੀ ਦੀ ਪੰਤੀ ਤੋਂ ਜਿਹੜੀ ਕਿ ਬਹੁਤ ਜ਼ਿਆਦਾ ਫੇਮਸ ਹੈ ਕਿਸੇਗਾ ਸ਼ਾਇਦ ਇਹ ਸੀ ਸਤਿਗੁਰਨਾਦ ਪ੍ਰਗਟਿਆ ਹਾਂਜੀ ਇਹ ਆਪਸ਼ਨ ਹਰਵਿੰਦਰ ਜੀ ਇਹ ਆਪਸ਼ਨ ਵਾਲੇ ਸਾਰੇ ਕਰੈਕਟ ਹੈ ਜੀ ਵਾਧਦੇ ਆ ਕੁਐਸਚਨ ਨੰਬਰ 25 ਦੇ ਵੱਲ ਕੁਐਸਚਨ ਨੰਬਰ 25 ਨਿੱਕੀ-ਨਿੱਕੀ ਵਾਸ਼ਨਾ ਕੀ ਹੈ ਕਾਵ ਸੰਗ੍ਰਹਿ ਹੈ ਨਾਵਲ ਹੈ ਕਹਾਣੀ ਹੈ ਜਾਂ ਫਿਰ ਅਨੁਵਾਦ ਹੈ ਕਰੈਕਟ ਆਪਸ਼ਨ ਚੂਜ਼ ਕਰੋ ਜੀ ਮਿਡਤ ਹੰ ਦਾ ਜਗਜਾਨਨ ਹੋਇਆ ਹਾਂਜੀ ਬਲਜੀਤ ਜੀ ਠੀਕ ਹੈ ਜੀ ਇਹੀ ਸੀ ਹਾਂਜੀ ਆਨ ਦੋ ਕੁਐਸਚਨ ਨੰਬਰ 25 ਦੇ ਲਈ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਨਣਫੇਣ ਸਭ ਨੂੰ ਪਤਾ ਹੀ ਹੋਣਾ ਉਹ ਤਾਂ ਏ ਆਪਸ਼ਨ ਸਿਮਰਜੀ ਮੰਦੀਪ ਜੀ ਸੀ ਔਰ ਗਗਨ ਜੀ ਦਾ ਸੋਮਨ ਜੀ ਦਾ ਏ ਆਪਸ਼ਨ ਜਸਿੰਦਰ ਜੀ ਦਾ ਸੀ ਕੁਲਵੀਰ ਜੀ ਗਗਨ ਜੀ ਸੀ ਆਪਸ਼ਨ ਅਨਕੁਸ਼ ਜੀ ਸੀ ਆਪਸ਼ਨ ਗਗਨ ਬਿੱਦੀ ਜੀ ਸੀ ਆਪਸ਼ਨ ਸ਼ੀਤਲ ਜੀ ਦਾ ਏ ਅਰਸ਼ੀਦ ਦਾ ਸੀ ਆਪਸ਼ਨ ਏ ਐਂਡ ਸੀ ਕਨਫਿਊਜ਼ਨ ਹੈ ਜੀ ਸੀ ਆਪਸ਼ਨ ਮੰਜੀ ਜੀ ਹਰਵਿੰਦਰ ਜੀ ਸੀ ਆਪਸ਼ਨ ਹੈਰੀ ਹਰਪ੍ਰੀਤ ਜੀ ਮੰਨਤ ਜੀ ਹਰਪ੍ਰੀਤ ਜੀ ਸੀ ਆਪਸ਼ਨ ਮੰਨਤ ਜੀ ਦਾ ਏ ਆਪਸ਼ਨ ਕਹਾਣੀ ਸੰਗ੍ਰਹਿ ਹਾਂਜੀ ਦੇਖੋ ਜੀ ਜਿਸ ਨੇ ਵੀ 25 ਦੇ ਲਈ ਕਹਾਣੀ ਸੰਗ੍ਰਹਿ ਚੂਜ਼ ਕੀਤਾ ਹੈ ਠੀਕ ਹੈ ਜੀ ਸਭ ਦਾ ਹਾਂਜੀ ਕਹਾਣੀ ਸੰਗ੍ਰਹਿ ਹੈ ਨਿੱਕੀ ਨਿੱਕੀ ਵਾਸ਼ਨਾ ਚਲੋ ਜੀ ਅੱਗੇ ਵਧਦੇ ਹਾਂ ਕੌਣ ਬਣਦਾ ਹੈ ਹਾਂ ਕੁਐਸਚਨ ਨੰਬਰ 26 ਤਾਜ ਮਹਿਲ ਕਵਿਤਾ ਕਿਸ ਜਮਾਤ ਵਿੱਚ ਦਰਜ ਹੈ கரੈਕਟ ਆਪਸ਼ਨ ਚੂਜ਼ ਕਰੋ ਜੀ 9ਵੀਂ 10ਵੀਂ 11ਵੀਂ 12ਵੀਂ ਹਾਂਜੀ ਤਾਜ ਮਹਿਲ ਇੱਕੋ ਇੱਕ ਹਾਂਜੀ ਸ਼ਾਇਦ ਇੱਕੋ ਇੱਕ ਜੀ ਠੀਕ ਹੈ ਜੀ ਕੁਐਸਚਨ ਨੰਬਰ 26 ਦੇ ਲਈ ਆਨਸਰ ਆਨ ਦਿਓ ਜੀ ਕਿਹੜੀ ਜਮਾਤ ਦੇ ਵਿੱਚ ਹੈ ਤਾਜ ਮਹਿਲ 9ਵੀਂ ਮੰਨਣ ਵਾਲੀ ਡੀ ਆਪਸ਼ਨ ਆ ਰਹਾ ਜੀ ਜਸਵਿੰਦਰ ਜੀ ਤੇ ਮਨਜੀਤ ਜੀ ਦਾ ਸ਼ੀਤਲ ਜੀ ਦਾ ਡੀ ਆਪਸ਼ਨ ਡੀ ਆਪਸ਼ਨ ਅਮਨ ਜੀ ਗਗਨ ਜੀ ਹਰਪ੍ਰੀਤ ਜੀ ਟੀਚਰ ਜੀ ਦਾ 9ਵੀਂ ਆ ਰਿਹਾ 10ਵੀਂ ਆ ਰਿਹਾ ਗਗਨ ਜੀ ਦਾ ਡੀ ਆਪਸ਼ਨ ਅੰਜੂ ਜੀ ਬਲਜੀ ਜੀ ਡੀ ਆਪਸ਼ਨ ਜਯੋਤਿਰ ਜਾਰੇ 12th ਪੂਨਮ ਜੀ ਦਾ ਇਹ ਆ ਰਿਹਾ ਸ਼ੀਤਲ ਜੀ ਦਾ ਸੋ ਵੈਸੇ 9th ਚ ਮੈਂ ਵੀ ਨਹੀਂ ਪੜਿਆ ਜੀ ਤਾਜ ਮਹਿਲ 12th ਚ ਪੜਿਆ ਜੀ ਹਾਂ ਜੀ <laughs> 12th ਚ ਹੈ ਜੀ 12th ਚ ਹਰਿਆਣਾ ਤੋਂ ਆ ਜੀ ਅੰਕੁਸ਼ ਜੀ ਹਾਂ ਜੀ 12th ਚ ਹੈ ਜੀ ਪੀਐਸ ਵੀ ਦੀ 12th ਬੁੱਕ ਚ ਹੈ ਜੀ ਤਾਜ ਮਹਿਲ ਕਵਿਤਾ ਚਲੋ ਜੀ ਹੁਣ ਦੋ ਕੋ ਕੁਐਸਚਨ ਇਹਦੇ ਬਾਰੇ ਹੀ ਆਉਣਗੇ 12th ਠੀਕ ਹੈ ਜੀ ਕੁਐਸਚਨ ਨੰਬਰ 27 ਮੋਹਨ ਸਿੰਘ ਤਾਜ ਮਹਿਲ ਕਵਿਤਾ ਵਿੱਚ ਬੀਏ ਚ ਵੀ ਹੈ ਓਕੇ ਜੀ ਬਟ ਆਪਸ਼ਨ ਚ ਬੀਏ ਨਹੀਂ ਹੈ ਜੀ ਮੋਹਨ ਸਿੰਘ ਤਾਜ ਮਹਿਲ ਕਵਿਤਾ ਵਿੱਚ ਤਾਜ ਮਹਿਲ ਦੇ ਹੁਸਨ ਨੂੰ ਕੀ ਦੱਸਦਾ ਹੈ ਹਾਂਜੀ ਮੋਹਨ ਸਿੰਘ ਤਾਜ ਮਹਿਲ ਕਵਿਤਾ ਵਿੱਚ ਤਾਜ ਮਹਿਲ ਦੇ ਹੁਸਨ ਨੂੰ ਕੀ ਦੱਸਦਾ ਹੈ ਛਲਾਵਾ ਹੁਸਨ ਦੀ ਦੇਵੀ ਹੁਸਨ ਦੀ ਮੂਰਤ ਪ੍ਰੇਮ ਦੀ ਮੂਰਤ ਕੀ ਹੁਸਨ ਸੱਚਮੁੱਚ ਆ ਜਾ ਉਹ ਚੇ ਹੀ ਸਲਦਾ ਏ ਲक्की ਜੀ ਅੰਜੂ ਜੀ ਸਿਮਰ ਜੀ ਇਹ ਪੱਕਾ ਇੰਦਰਜੀ ਕੁਲਵੀਰ ਜੀ ਸੁਮਨ ਜੀ ਜਸਵਿੰਦਰ ਜੀ ਗਗਨ ਜੀ ਅਮਰਤ ਜੀ ਟੀਚਰ ਜੀ ਛਲਾਵਾ ਸ਼ਬਦ ਏ ਆਪਸ਼ਨ ਨੋ ਵੀ ਚੇ ਵੀ ਨਹੀਂ ਠੀਕ ਹੈ ਜੀ ਸ਼ਬਦ ਏ ਆਪਸ਼ਨ ਸਾਰੇ கரੈਕਟ ਨੇ ਜੀ ਹਾਂਜੀ ਜਿਹੜੇ ਏ ਚੂਜ਼ ਕਰ ਰਹੇ ਆ ਸਬ ਕਰੈਕਟ ਠੀਕ ਹੈ ਜੀ ਸ਼ਬਦ ਛਲਾਵਾ ਛਲਾਵਾ ਕੀ ਹੈ ਸੁਖ ਜੀ ਮਨਤ ਜੀ ਠੀਕ ਹੈ ਕੁਐਸਚਨ ਨੰਬਰ 28 ਜੀ ਅਸਲ ਤੇ ਨਾ ਜੇ ਜਦੋਂ ਸਪੇਸ ਦਿੰਨੇ ਆ ਉਹ ਸਸ ਸਸ ਦੇ ਪਿਆਰ ਚ ਬਿੰਦੀ ਬਣ ਜਾਂਦਾ ਜੀ ਥੋੜਾ ਬਹੁਤ ਇਦਾਂ ਹੋ ਜਾਂਦਾ ਸੋ ਕੋਪਰੇਟ ਕਰਿਓ ਥੋੜਾ ਜਿਆ ਠੀਕ ਹੈ ਜੀ ਤੇ ਕਈ ਵਾਰੀ ਕਾਲੀ ਚ ਹੁੰਨੇ ਆ ਤਾਂ ਧਿਆਨ ਨਹੀਂ ਜਾਂਦਾ ਤਾਜ ਮਹਿਲ ਕਵਿਤਾ ਵਿੱਚ ਕਵੀ ਦੀ ਹਮਦਰਦੀ ਕਿਸ ਤੇਰਵਲ ਹੈ اے ਆਪਸ਼ਨ ਸ਼ਾਸਕ ਬੀ ਆਪਸ਼ਨ ਸ਼ੋਸ਼ਿਤ ਸੀ ਆਪਸ਼ਨ ਸਮਾਜਿਕ ਡੀ ਆਪਸ਼ਨ ਰਾਜਨੀਤਿਕ ਹਾਂਜੀ ਸੰਦਰਦ ਦੇ ਪਿੱਛੇ ਲੱਖਾਂ ਰੋਂਦੇ ਚੀਖਦੇ ਮੈਦੂਰਾਂ ਦੀ ਦੇ ਦੁੱਖ ਨੇ ਹਾਂਜੀ ਠੀਕ ਹੈ ਜੀ ਵੀ ਆਪਸ਼ਨ ਆ ਰਿਹਾ ਜੀ ਪੂਨਮ ਜੀ ਪਰਮ ਜੀ ਲੱੱਕੀ ਜੀ ਨੀਤਾ ਜੀ ਸੁਖ ਜੀ ਅੰਜੂ ਜੀ ਸਬਦਾ ਵੀ ਆਪਸ਼ਨ ਅਮਨ ਜੀ ਜਸਵਿੰਦਰ ਜੀ ਕੁਲਵੀਰ ਜੀ ਸਿਮਰ ਜੀ ਹਿੰਦਰ ਜੀ ਅਰਸ਼ ਜੀ ਗਗਨ ਜੀ ਮਨਜੀਤ ਜੀ ਸਬਦ ਹੀ ਵੀ ਆਪਸ਼ਨ ਤੇ ਸਬਦ ਹੀ ਕਰੈਕਟ ਹੈ ਹਾਂਜੀ ਮੈਦੂਰਾਂ ਦੇ ਹੱਥ ਕੱਟ ਲਏ ਗਏ ਸੀ ਕਾਫੀ ਜ਼ਿਆਦਾ ਸਭ ਨੇ ਸੁਣਿਆ ਹੋਇਆ ਠੀਕ ਹੈ ਜੀ ਬੀ ਆਪਸ਼ਨ ਸਬਦ ਕਰੈਕਟ ਹੈ ਜੀ ਕੁਐਸਚਨ ਨੰਬਰ 29 ਹਾਂਜੀ ਲਾਈਕ ਜਰੂਰ ਕਰ ਦੇਣਾ ਵੀਡੀਓ ਨੂੰ ਜੇਕਰ ਪਸੰਦ ਆ ਰਹੀ ਹੈ ਕੁਐਸਚਨ ਵਧੀਆ ਨੇ ਜੇਕਰ ਪਸੰਦ ਆ ਰਹੀ ਨੇ ਹਾਂਜੀ ਮੋਹਨ ਸਿੰਘ ਨੇ ਜਵਾਰ ਲਾਲ ਨਹਿਰੂ ਜੀ ਦੀ ਕਿਹੜੀ ਰਚਨਾ ਦਾ ਅਨੁਵਾਦ ਕੀਤਾ ਇਹਦੇ ਵਿੱਚ ਜਿਹੜੇ ਮਜ਼ਦੂਰ ਦੇ ਹਾਂਜੀ ਸੀ ਆਪਸ਼ਨ ਆ ਰਿਹਾ ਜੀ ਗਗਨ ਜੀ ਦਾ ਅਰਸ਼ਦੀਪ ਜੀ ਪੂਨਮ ਜੀ ਸਿਮਰ ਜੀ ਗੁਰਜੀਤ ਜੀ ਸੁਮਨ ਜੀ ਬਲਜੀਤ ਜੀ ਸਬਦ ਸੀ ਆਪਸ਼ਨ ਆ ਰਿਹਾ ਜੀ ਅੰਜੂ ਜੀ ਅੰਮ੍ਰਿਤ ਜੀ ਲक्की ਜੀ ਦਾ ਸੀ ਆਪਸ਼ਨ ਕੁਐਸਚਨ ਨੰਬਰ 29 ਦੇ ਲਈ ਅੰਕੁਸ਼ ਜੀ ਪਰਮ ਜੀ ਸਬਦ ਸੀ ਆਪਸ਼ਨ ਅਨੀਤਾ ਜੀ ਮਨਜੀਤ ਜੀ ਸਬਦਾ ਹੀ ਸੀ ਆਪਸ਼ਨ ਆਨਸਰ ਆ ਰਿਹਾ ਕਲਵੀਰ ਜੀ ਦ ਸੀ ਹਰਪ੍ਰੀਤ ਜੀ ਸੀ ਆਪਸ਼ਨ ਹਰਸ਼ ਜੀ ਗਗਨ ਜੀ ਆਮ ਪੁਨਮ ਜੀ ਸਿਮਰ ਜੀ ਠੀਕ ਹੈ ਇਹ ਸਭ ਦ ਸੀ ਆਪਸ਼ਨ ਪਿਤਾ ਵੱਲੋਂ ਤੇ ਇਹਨੂੰ ਚਿੱਠੀਆਂ ਇਹ ਵੀ ਇੱਕ ਸੰਗ੍ਰਹਿ ਸੀ ਹਿੰਦੀ ਦਾ ਹਾਂ ਹਿੰਦੀ ਦੇ ਵਿੱਚ ਤੇ ਮੈਨੂੰ ਲੱਗਦਾ ਇਹ ਕਿਸੇ ਕਲਾਸ ਦੇ ਵਿੱਚ ਵੀ ਇੱਕ ਚੈਪਟਰ ਸੀ ਆਪਣੇ ਟਾਈਮ ਤੇ ਸੀ ਹੁਣ ਪਤਾ ਨਹੀਂ ਹੈ ਕਿ ਨਹੀਂ ਹਾਂਜੀ ਠੀਕ ਹੈ ਜੀ ਸੀ ਆਪਸ਼ਨ ਚਲੋ ਜੀ ਅੱਗੇ ਵਧਦੇ ਹਾਂ ਕੁਐਸਚਨ ਨੰਬਰ 30 ਮੋਹਨ ਸਿੰਘ ਕਿਸ ਪੀੜੀ ਦਾ ਕਵੀ ਹੈ ਇਹ অপਸ਼ਨ ਪਹਿਲੀ ਬੀ অপਸ਼ਨ ਦੂਜੀ ਸੀ অপਸ਼ਨ ਤੀਜੀ ਡੀ অপਸ਼ਨ ਚੌਥੀ ਕਿਸ ਪੀੜੀ ਦਾ ਕਵੀ ਹੈ ਪਾਠ ਵਿੱਚ 51 ਬੋਰਡ ਦੀਆਂ ਕਿਤਾਬਾਂ ਵਿੱਚ ਕਿਤੇ ਕਿਤੇ ਹਾਂਜੀ ਆਪਣੇ ਟਾਈਮ 'ਚ ਹੁੰਦਾ ਸੀ ਹੁਣ ਪਤਾ ਨਹੀਂ ਹੈ ਕਿ ਨਹੀਂ ਜਿਹੜੇ ਵੀ ਪੰਜਾਬੀ ਟੀਚਰ ਕਰ ਰਹੇ ਨੇ ਉਹਨਾਂ ਨੂੰ ਜਰੂਰ ਬਤਾਓਵੇਗਾ ਸੈਕਿੰਡ ਗਗਨ ਜੀ ਹਰਪ੍ਰੀਤ ਜੀ ਬੀ অপਸ਼ਨ ਹਾਂਜੀ ਆਨ ਦਾ ਆਨਸਰ ਬੀ অপਸ਼ਨ ਆ ਰਿਹਾ ਜੀ ਹੰਜੀ ਜੀ ਦਾ ਗਗਨ ਜੀ ਦਾ ਨਹਿਰ ਇਲੈਕਟਰਡ ਇੰਦਰਾ ਹਾਂਜੀ ਸਿਮਰ ਜੀ ਦਾ ਵੀ ਆਪਸ਼ਨ ਅਮਨ ਜੀ ਦਾ ਸੁਮਨ ਜੀ ਸਾਗੂ ਜੀ ਅਮਨ ਸਾਗੂ ਜੀ ਕੁਲਵੀਰ ਜੀ ਜਸਿੰਦਰ ਜੀ ਪਰਮ ਜੀ ਸਿਮਰ ਜੀ ਸਭ ਦਾ ਹੀ ਵੀ ਆਪਸ਼ਨ ਆ ਰਿਹਾ ਜੀ ਅਮਰਿਤ ਜੀ ਲੱਖੀ ਜੀ ਮਨਜੀਤ ਜੀ ਹਰਵਿੰਦਰ ਜੀ ਬਲਜੀਤ ਜੀ ਕੋਨਮ ਜੀ ਸੁਖ ਜੀ ਅਮਨ ਨਜੀਤ ਅਨੀਤਾ ਜੀ ਮਨਨ ਜੀ ਦਾ ਵੀ ਵੀ ਆਪਸ਼ਨ ਸੁਖ ਜੀ ਦਾ ਅਨੀਤਾ ਜੀ ਦਾ ਟੀਚਰ ਜੀ ਗੁਰਜੀਤ ਜੀ ਦੂਜੀ ਪੀੜੀ ਦਾ ਵੀ ਆਪਸ਼ਨ ਠੀਕ ਹੈ ਜੀ ਬੀ ਆਪਸ਼ਨਸ ਆਫ ਦਾ ਦੂਜੀ ਪੀੜੀ ਦਾ ਕਵੀ ਹੈ ਸੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ 30 ਕੁਐਸਚਨ ਹੀ ਮੈਕਸਮਮ ਮੈਨੂੰ ਜਿਹੜੇ ਇੰਪੋਰਟੈਂਟ ਲੱਗੇ ਅਮਰਤਾ 모ਹਨ ਯੁੱਗ ਹਾਂਜੀ ਸੋ ਲਾਈਕ ਜਰੂਰ ਕਰ ਦੇਣਾ ਜੀ ਵੀਡੀਓ ਨੂੰ ਜਾਂਦੇ ਜਾਂਦੇ ਮੋਟੀਵੇਸ਼ਨ ਮਿਲਦਾ ਹੈ ਥੈਂਕ ਯੂ so much ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜੇਕਰ ਪੀਡੀਐਫ ਹੁੰਦੀਆਂ ਨੇ ਗਰੁੱਪ 'ਚ ਸ਼ੇਅਰ ਕਰ ਦਿਆ ਕਰੋ ਥੋੜਾ ਬਹੁਤ ਕਿਤਾਬਾਂ ਦੀਆਂ ਖਾਸ ਕਰਕੇ ਉਹਨਾਂ ਤੋਂ ਪੜਿਆ ਜਾਂਦਾ ਜੀ ਸੌਖਾ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਆਫ ਦਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜਾਂਦੇ ਜਾਂਦੇ ਸ਼ੇਅਰ ਵੀ ਕਰ ਦੇਣਾ ਜੀ ਕੱਲ ਦਾ ਆਪਣਾ ਟੌਪਿਕ ਸ਼ਿਵ ਕੁਮਾਰ ਹੋਵੇਗਾ ਜੀ ਠੀਕ ਹੈ ਜੀ ਸ਼ਿਵ ਕੁਮਾਰ ਬਟਾਲਵੀ ਹੋਵੇਗਾ ਕੱਲ ਦਾ ਟੌਪਿਕ ਹਾਂਜੀ ਨੋਟ ਕਰ ਲਓ ਸਾਰੇ ਸ਼ਿਵ ਕੁਮਾਰ ਬਟਾਲਵੀ ਹੋਵੇਗਾ ਕੱਲ ਦਾ ਟੌਪਿਕ ਥੈਂਕ ਯੂ ਸੋ ਮੱਚ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਜਾਣਾ ਜੀ ਜਾਂਦੇ ਜਾਂਦੇ ਹਾਂਜੀ ਬਾਕੀਆਂ ਨੂੰ ਵੀ ਇਨਫੋਰਮ ਕਰੋ ਜੋ ਵੀ ਤੁਹਾਡੇ ਸਰਕਲ 'ਚ ਹੈ ਫਰੈਂਡਸ ਨੇ ਠੀਕ ਹੈ ਜੀ ਜਿਹੜੇ ਵੀ ਨਿਊ ਵੀਟਰ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਠੀਕ ਹੈ ਜੀ ਕੱਲ ਦਾ ਟੌਪਿਕ ਦੱਸ ਦਿੱਤਾ ਜੀ ਸ਼ੇਵ ਕੁਮਾਰ ਬਟਾਲਵੀ ਜੀ ਓਕੇ ਜੀ ਸ਼ੇਵ ਕੁਮਾਰ ਬਟਾਲਵੀ ਬਹੁਤ ਜਣਿਆਂ ਦੇ ਫੇਵਰਿਟ ਨੇ ਉਹਨਾਂ ਦੇ ਗੀਤ ਵੀ ਕਾਫੀ ਫਿਲਮਾਂ 'ਚ ਗਾਏ ਗਏ ਨੇ ਠੀਕ ਹੈ ਜੀ ਸੋ ਕਾਫੀ ਜਿਹੜੇ ਲਾਈਕ ਕਰਦੇ ਉਹਨਾਂ ਨੂੰ ਪਤਾ ਹੀ ਹੋਣਾ ਸਭ ਨੂੰ ਦਿਲਜੀਤ ਨੇ ਵੀ ਗਾਇਆ ਜੀ ਇੱਕ ਕੁੜੀ ਜੀ ਦਾ ਨਾਮ ਮੁਹੱਬਤ ਸੁਣਿਆ ਹੁਣ ਸਭ ਨੇ ਹਾਲੀਆ ਫੜਤੇ ਫਿਲਮਾਇਆ ਗਿਆ ਹੈ ਠੀਕ ਹੈ ਜੀ ਹਾਂ ਜੀ ਪੀੜਨ ਦਾ ਫਰਗ ਠੀਕ ਹੈ ਥੈਂਕ ਯੂ so much ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਐਸਐਸਡੀ ਕਲਾਸ ਦੇ ਵਿੱਚ 1 ਵਜੇ ਤੇ ਪੰਜਾਬੀ ਦੀ ਕਲਾਸ 3 ਵਜੇ ਹਾਂ ਜੀ ਇੱਕ ਕੁੜੀ ਜੀ ਦਾ ਨਾਮ ਮੁਹੱਬਤ ਠੀਕ ਹੈ ਜੀ ਇਹ ਹੀ ਮਤਲਬ ਦਿਲਜੀਤ ਦੀ ਵੱਲੋਂ ਗਾਇਆ ਗਿਆ ਹੈ ਹਾਂਜੀ ਲਿੰਕ ਕਮੈਂਟ ਕਰ ਦਿਓ ਤੇ ਜਿਹੜੇ ਵੀ ਜੁਆਇਨ ਕਰਨਾ ਚਾਹੁੰਦੇ ਨੇ ਉੱਥੇ ਜੁਆਇਨ ਕਰ ਲੈਣਗੇ ਜੀ ਠੀਕ ਹੈ ਜੀ ਚਲੋ ਜੀ ਠੀਕ ਹੈ ਫਿਰ ਕੱਲ ਦਾ ਐਸਐਸਟੀ ਦਾ ਟੌਪਿਕ ਰਾਜ ਸਭਾ ਤੇ ਪੰਜਾਬੀ ਦਾ ਟੌਪਿਕ ਸ਼ਿਵ ਕੁਮਾਰ ਦੋਵੇਂ ਹੀ ਪੜ ਲੈਣਾ ਜੀ ਮਿਲਦੇ ਆਂ ਫਿਰ ਕੱਲ ਨੂੰ ਤਦ ਤੱਕ ਲਈ ਬਾਏ ਬਾਏ ਐਂਡ ਟੇਕ ਕੇਅਰ ਬਾਏ ਜੀ